ਅਸਲਾਮ ਅਲੈਕੁਮ ਜੀ ਸਾਰਿਆਂ ਨੂੰ। ਵਾਲੇਕੁਮ ਅਸਲਾਮ। ਲਓ ਜੀ ਨਾਜ਼ਰੀਨ, ਅਸੀਂ ਸਿੱਧੂਪੁਰੇ ਦੀ ਪੁਲੀ ਤੇ ਪੈਣ, ਤੁਸੀਂ ਤੇਰਾ ਦੁਬਾਰਾ ਡਰਨ ਉਹ ਠੂੰਗਾ ਮਾਰਨ ਤੋਂ ਇਲਾਵਾ ਦੱਸਣਾ। ਇਹ ਸਿੱਧੂਪੁਰੇ ਦੀ ਪੁਲੀ ਦੇ ਪੰਜ ਸ਼ਹਿਜ਼ਾਦ ਤੇ ਰਾਜ ਸਾਹਿਬ ਮੁਹੱਲਾ ਹੁਸ਼ਿਆਰਪੁਰੀ ਦੀ ਬਾਹਰਲੀ ਸਾਈਡ ਗੁਲਾਮ ਅਹਿਮਦਾਬਾਦ ਦੇ ਵਿੱਚ ਬੈਠੇ ਨੇ। ਇਹ ਦੋਸਤਾਂ ਨੇ ਮਹਿਫਲ ਲਾਈ ਹੈ, ਇਹਨਾਂ ਦੀ ਮਿਹਰਬਾਨੀ, ਇਹ ਇੱਥੇ ਆਏ ਨੇ, ਇਹਨਾਂ ਲਈ ਕਲੈਪਿੰਗ ਹੋ ਜਾਵੇ। ਲਓ। ਅੱਛਾ ਭੈਣ, ਤੁਸੀਂ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਜੀ ਸ਼ਹਿਜ਼ਾਦ ਅਲੀ ਹੈ ਸਰ। ਸ਼ਹਿਜ਼ਾਦ ਅਲੀ? ਸ਼ਹਿਜ਼ਾਦ ਅਲੀ, ਹਾਂਜੀ ਸਰ। ਅੱਛਾ, ਤੁਹਾਡਾ? ਹਸਨੈਨ ਅਲੀ। ਮਾਸ਼ਾਅੱਲਾ। ਹਾਂਜੀ ਸਰ, ਮਾਮਾ ਦਰੂਨ। ਮਾਮਾ ਦਰੂਨ ਤੇ ਨਾਦਰੀਨਾ ਰਾਸ਼ਦ ਕਮਾਲ, ਸਾਡਾ ਜਾਨ ਜਿਗਰ ਸਾਡਾ, ਤੁਸੀਂ ਇਹਨੂੰ ਜਾਣਦੇ ਹੀ ਬੜੀ ਚੰਗੀ ਤਰ੍ਹਾਂ। ਅੱਜ ਕੱਲ੍ਹ ਮੈਂ ਇਹਦੇ ਪਿੱਛੇ ਹਾਂ, ਮੈਂ ਇਹਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਇੱਕ ਦੋ ਜਗ੍ਹਾ 'ਤੇ, ਮੈਂ ਕਹਿੰਦਾ ਟੁੱਟ ਕੇ ਇਹਨੂੰ ਮੈਂ ਆਪਣੇ ਨਾਲ ਲੈ ਜਾਵਾਂ। ਮੈਂ ਪਹਿਲੇ ਟੁੱਟਿਆ ਪਿਆ। ਆਹੋ, ਮੈਂ ਮੇਰੀ ਕੋਸ਼ਿਸ਼ ਆ ਕਿ ਇਹਨੂੰ ਨਾ ਮੈਂ ਇਸਤੇਮਾਲ ਕਰਾਂ। ਮੇਰਾ ਭਰਾ ਮੇਰੇ ਨਾਲ ਹੀ ਹੁੰਦਾ ਭਾਵੇਂ ਗੱਲ ਕਰੇ ਨਾ ਕਰੇ ਲੇਕਿਨ ਜਰਾ ਮੈਨੂੰ ਹੌਸਲਾ ਰਹਿੰਦਾ। ਅੱਛਾ ਭਾਈ, ਤੁਸੀਂ ਤੁਹਾਨੂੰ ਪਤਾ ਹੈ ਸੀੜੀਆਂ ਸੀਟਾਂ ਹੁੰਦੀਆਂ ਨੇ, ਇੱਥੇ ਉਹ ਬੰਦੇ ਪੈਂਦੇ ਨੇ ਜਿਹਨਾਂ ਨੇ ਕੋਈ ਜੁਗ ਸ਼ੁਗਰ ਕਰਨੀ ਹੋਵੇ
ਕਹਿੰਦਾ ਅੰਮੀ ਸਹੀ ਸਾਫ ਕਰਦੀ, ਮੈਂ ਘਰੋਂ ਕਰਾਉਣ ਚਲ ਗਿਆ ਸੀ। ਅੱਛਾ ਯਾਰ ਤੇਰਾ ਸਟਾਈਲ ਬੜਾ ਮਜ਼ੇਦਾਰ ਆ ਅੰਮੀ, ਵਾਕਈ ਨਹੀਂ ਗੱਲ ਦਾ ਸਟਾਈਲ ਤੁਹਾਡਾ ਖੂਬਸੂਰਤ ਗੱਲ ਖੂਬਸੂਰਤ ਆ ਜਾਂ ਵਿੱਚੋਂ ਜਿਹੜੀ ਨਹੀਂ ਨਹੀਂ ਉਹ ਗੱਲ ਜਿਹੜੀ ਅੰਮੀ ਵਾਲਾ ਨਾ ਜਿਹੜਾ ਉਹ ਹੈ ਨਾ ਨਹੀਂ ਮਜ਼ੇਦਾਰ ਆ। ਵਾਹ ਇੱਕ ਮਿੰਟ ਉਹ ਠਹਿਰ ਜਾ ਠਹਿਰ ਜਾ ਬੇਟੇ, ਇਹਨੇ ਮੈਕ ਚੂਪ ਜਾਣਾ ਇਹਨੇ, ਇਹਨਾਂ ਦੇ ਅੱਗੇ ਬਿਨਾਂ ਕਹਿੰਦਾ ਨਾ ਨੱਕ ਵੱਡਾ ਨਾ ਉੱਥੇ ਠੂੰਗਾ ਮਾਰ ਜਾਣਾ। ਅੱਛਾ ਭਾਈ ਇੱਕ ਹੋਰ ਕੋਈ ਇੱਦਾਂ ਦੀ ਅੱਛੀ ਜੀ, ਇਹ 10ਵੀਂ ਦੇ ਪੇਪਰ ਦਿੱਤੇ ਭਾਈ, ਇੱਕ ਪੇਪਰ ਖਰਾਬ ਹੋ ਗਿਆ। ਇਹ ਕਹਿੰਦਾ ਬਾਬਾ ਜੀ ਤੁਹਾਡੀ ਮਿਹਰਬਾਨੀ, ਮੇਰਾ ਪੇਪਰ ਖਰਾਬ ਹੋ ਗਿਆ, ਇੰਗਲਿਸ਼ ਦਾ ਕੋਈ ਹੱਲ ਕਰੋ। ਉਹ ਕਹਿੰਦਾ ਪੁੱਤਰ 20 ਲੱਡੂ ਲੈ ਕੇ ਜਾਣੇ ਕਬਰਸਤਾਨ, ਇੱਕ ਇੱਕ ਕਬਰ 'ਤੇ ਰੱਖ ਦੇਣੇ। ਇਹਨੇ ਭਾਈ ਕਿਲੋ ਤਲਾਏ, ਬਾਬੇ ਨੂੰ ਨਾਲ ਲੈ ਗਿਆ, ਉੱਥੇ ਜਾ ਕੇ ਰੱਖਣੇ ਸ਼ੁਰੂ ਕੀਤੇ। ਬਾਬਾ ਕਹਿੰਦਾ ਪੁੱਤ ਆਹ 19 ਲੱਡੂ ਆ। ਕਹਿੰਦਾ ਬਾਬਾ ਜੀ 20 ਨਾ ਤਾਂ ਨਹੀਂ ਲਿਆਉਂਦਾ, ਇਹਨੂੰ ਸ਼ੂਗਰ ਹੋਈ ਆ 20 ਕਬਰ ਵਾਲੇ। ਤੁਹਾਡੇ ਕੋਲ ਇਸ ਗੱਲ ਦਾ ਜਵਾਬ? ਇਸ ਗੱਲ ਦਾ ਜਵਾਬ ਹੈਗਾ ਜੀ, ਦਾਦੀ ਇਹ ਦੋਵੇਂ ਭਰਾ ਕੰਮ ਦੇ ਜਾਂਦੇ ਹੁੰਦੇ ਛੋਟੇ, ਅਤੇ ਨਾ ਛੋਟੇ ਭਰਾ ਦਾ ਨਾ 5 ਵਾਰ ਠੀ ਪਾੜੇ ਕਹਿੰਦਾ ਸਿੱਕੇ ਵਾਲਾ, ਅਤੇ ਇਹਨਾਂ ਸਕੂਲੋਂ ਲੇਟ ਹੋ ਜਾਂਦੇ ਨੇ। ਉਹਨਾਂ ਮਾਸਟਰ ਨੇ ਪੁੱਛਿਆ ਤੂੰ ਲੇਟ ਕਿਉਂ ਆਇਆ, ਅਤੇ ਇਹਨੇ ਕਿਹਾ ਬਾਈ ਮੇਰਾ 5 ਵਾਰ ਠੀ ਪਾੜੇ ਗਿਆ। ਅਤੇ ਛੋਟੇ ਭਰਾ ਨੂੰ ਪੁੱਛਿਆ ਤੂੰ ਕਾਹਤੋਂ ਲੇਟ ਆਇਆ, ਕਹਿੰਦਾ ਮੈਂ ਉੱਤੇ ਪੈਰ ਰੱਖਿਆ ਸੀ, ਮੈਂ ਲੁਕੋਇਆ ਸੀ। ਇਹਦੇ ਕਰਕੇ ਬੰਦੇ ਕੋਲ ਵੀ ਇੱਕ ਬੰਦਾ ਪੈਸੇ ਲੈਣ ਆ ਗਿਆ, ਉਹ ਕਹਿੰਦਾ 20,000 ਰੁਪਇਆ ਦਿਓ। ਦੇਣਾ ਕਿਉਂ ਨਹੀਂ? ਕਹਿੰਦਾ ਭਾਜੀ ਪੇਮੈਂਟ ਅੜੀ ਆ। ਉਹ ਕਹਿੰਦਾ ਸ਼ਾਮ ਤੱਕ ਨਿਕਲੇ ਆਉਂਗੀ। ਕਹਿੰਦਾ ਅੱਲਾ ਦੀ ਰਿਆ ਵਾ। ਉਹ ਨਾਲ ਦੇ ਨੇ ਪੁੱਛਿਆ ਕਿੱਥੇ ਅੜੀ? ਕਹਿੰਦਾ ਠੀਪਾ ਲੰਘ ਗਿਆ ਪੰਜਾਂ ਵਾਲਾ ਵਿੱਚ। ਹਜੇ ਦਿੱਕਤ ਨਹੀਂ ਨਿਕਲਿਆ, ਆਹ ਬੈਠਾ ਸਾਹਮਣੇ। ਅੱਛਾ ਇਹਨੇ ਠੀਪਾ, ਇਹਨੇ ਠੀਪਾ ਕਢਾਇਆ ਨਹੀਂ, ਸਗੋਂ ਏਟੀਐਮ ਦਾ ਕਾਰਡ ਬਣਵਾ ਲਿਆ। ਕਾਰਡ ਬਣ ਕੇ ਜਿਹੜੇ ਇਹਨਾਂ ਦੇ ਨੱਕ 'ਤੇ ਆ ਗਿਆ। ਇੱਦਾਂ ਦੇ ਬੰਦੇ ਅਕਸਰ ਜਲੂਸ ਦੇ ਵਿੱਚ ਸਿਰ 'ਤੇ ਹੱਥ ਰੱਖ ਕੇ ਖਲੋਤੇ ਹੁੰਦੇ। ਉਹ ਭਾਈ ਕੀ ਹੋਇਆ? ਉਹ ਜੂਸ ਵਾਲਾ ਡੱਬਾ ਵੱਜ ਗਿਆ ਸਿਰ 'ਤੇ। ਸਟਾਈਲ ਵੱਡਾ ਚਾਹੀਦਾ ਤੇਰਾ, ਸਟਾਈਲ ਵੱਡਾ ਸੋਹਣਿਆ, ਗੱਲ ਭਾਵੇਂ ਤੂੰ ਮਾੜੀ ਵੀ ਕਰ, ਤੇਰਾ ਸਟਾਈਲ ਵੱਡਾ। ਅੱਛਾ ਭਾਈ ਤੁਸੀਂ ਸਲਾਮ ਲੈ ਕੇ ਭਾਈ ਆ ਜਲੇ ਉਹ ਭਾਈ ਨੂੰ ਮੈਂ ਕਿਹਾ ਸਲਾਮ ਲੈ ਜੀ। ਵਾਲੇਕੁਮ ਸਲਾਮ ਜੀ। ਮੈਂ ਕਿਹਾ ਸਲਾਮ ਲੈ ਕੇ ਕਹਿੰਦਾ ਭਾਈ ਇਸ ਦਿਨ। ਅੱਛਾ ਜੀ ਭਾਈ ਜੀ, ਇਹ ਭਾਈ ਜਲੇਬੀਆਂ ਵਾਲੀ ਦੁਕਾਨ 'ਤੇ ਗਿਆ, ਕਹਿੰਦਾ ਜਲੇਬੀਆਂ ਕਰਦੇ ਅੱਧਾ ਕਿਲੋ ਖਾ ਪੀ ਕੇ, ਕਹਿੰਦਾ ਪੈ ਨਹੀਂ ਆ, ਉਹਨੇ ਚੰਗਾ ਫੜ ਕੇ ਕੁੱਟਿਆ। ਬਾਅਦ 'ਚੋਂ ਭਾਈ ਫਿਰ ਚਲੇ ਗਿਆ ਅੱਗੋ, ਕਹਿੰਦਾ ਇਸੇ ਭਾਅ 'ਤੇ ਫਿਰ ਦੇ ਦੇ, ਇਸੇ ਰੇਟ 'ਤੇ ਕਹਿੰਦਾ ਹੋਰ ਦੇ ਦੇ ਥੋੜ੍ਹੀਆਂ। ਇਹਦੀ ਅੰਮੀ ਨੇ ਇਹਨੂੰ ਜਲੇਬੀਆਂ ਲੈਣ ਭੇਜਿਆ, ਜਾ ਵੀ ਨਾ ਰੋਈ ਆ, ਮੈਂ ਨਹੀਂ ਜਾਣਾ। ਕਹਿੰਦੀ ਕਿਉਂ ਨਹੀਂ ਜਾਣਾ ਕੁੱਤੇ, ਕੱਲ੍ਹ ਤਾਂ ਹੋ ਗਿਆ। ਕਹਿੰਦਾ ਮੈਂ ਜਦੋਂ ਐਂ ਕਰਦਾ ਨਾ ਮੈਨੂੰ ਚੱਕਰ ਆਉਣ ਲੱਗ ਜਾਂਦੇ। ਅੱਛਾ ਭਾਜੀ ਆ ਭਾਈ ਜਲੇਬੀਆਂ ਲੈਣ ਗਿਆ ਤੇ ਲਾਗੇ ਇਸਤਰੀ ਲੈ ਖੜੋ ਹੋ ਗਿਆ, ਕਹਿੰਦਾ ਮੈਂ ਉਹਨੇ ਕੱਢੀ ਜਾਣੀਆਂ, ਮੈਂ ਸਿੱਧੀਆਂ ਕਰੀ ਜਾਣੀਆਂ। ਇਹਨਾਂ ਦੇ ਘਰ ਚੋਰ ਆਇਆ, ਚੋਰ ਖਾਪਾ ਆਉਂਦਾ, ਸੋਨਾ ਕਿੱਥੇ ਸੋਨਾ ਕਿੱਥੇ, ਰਾਬਾ ਇਕੱਲਾ ਸੁੱਤਾ ਹੁੰਦਾ ਤੇ ਚੁੱਕ ਕਹਿੰਦਾ ਇੱਥੇ 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 ਇਹਨਾਂ ਘਰ ਚੋਰ। ਇੱਕ ਮਿੰਟ ਮੈਨੂੰ ਪਹਿਲੇ ਫੋਨ ਆਇਆ। ਅੱਛਾ ਜੀ ਇਹਨਾਂ ਘਰ ਚੋਰ ਆਇਆ, ਇਹਨਾਂ ਘਰ ਇੰਨਾ ਨਹੀਂ ਵਾ ਸੀ, ਉਹਨੇ ਥੱਲੇ ਛਾਲ ਮਾਰੀ, ਸੱਟਾਂ ਲਵਾ ਲਈਆਂ।
ਟੋਏ 'ਚ ਰਹਿੰਦੇ ਹੋ ਭਾਜੀ? ਸਾਡੇ ਕੋਲ ਤੁਹਾਡਾ ਨੱਕ ਗੈਪ ਹੋ ਗਿਆ ਸੀ, ਇਸ ਲਈ ਹੋਰ ਕਟਾਵਾਂ ਉਹ ਬਸ ਕਰਦੇ ਹੋਏ। ਅੱਛਾ ਮੂੰਹ ਭਲਾ ਕਿਉਂ ਨਹੀਂ ਖੋਲਣ ਡਿਆ? ਇਹ ਕਿਸੇ ਦੇ ਦੰਦ ਲਵਾਏ ਮੂੰਹ 'ਚ। ਮੈਂ ਤੇਰੀ ਨਾ ਉਹ ਤਰੀਕਾ ਵਾਰਦਾ ਸਮਝ ਗਿਆ ਤੇਰੇ ਸਿਰਾਂ ਨੂੰ, ਮੈਂ ਜਵਾਬ ਚਾਹੀ ਦਿੰਦਾ ਕੀ ਭਲਾ ਕਿੱਦਾਂ? ਨਹੀਂ ਨਹੀਂ ਦੁਬਾਰਾ ਗੱਲ ਕਰੀ, ਮੈਂ ਤੈਨੂੰ ਦੱਸਦਾ। ਅਜੇ ਨੇ ਦੰਦ ਹੀ ਹੈ, ਇਹ ਭਲਾ ਹੱਸਦਾ ਕਿਉਂ ਨਹੀਂ ਮੂੰਹ ਖੋਲ ਕੇ? ਕਿਉਂ ਇਹਨੇ ਦੰਦ ਕਿਸੇ ਦੇ ਲਵਾਏ? ਹਾਂ ਤੇਰਾ ਵੀ ਨੱਕ ਕਿਸੇ ਦਾ ਹੀ ਆ, ਏਦਾਂ ਦੇ ਜਵਾਬ ਦਿੰਦਾ ਇਹਨੂੰ। ਦੱਸੋ ਯਾਰ, ਮੇਰੀ ਹਰ ਨੱਕ ਤੇ ਪਾਈ ਜਾਣ ਡਿਆ, ਉਹ ਨੱਕ ਦੇ ਨਾਲ ਹੋਰ ਵੀ ਕੁਛ ਐਵਾਂ ਲੱਗੀਆਂ, ਗੱਲਾਂ ਲੱਗੀਆਂ, ਬੋਲ ਲੱਗੇ ਨੇ, ਕਿੰਨਾ ਕੁਛ ਕੰਨ ਲੱਗੇ ਆ, ਵਾਲ ਲੱਗੇ ਆ, ਉੱਤੇ ਥੱਲੇ ਦੇਖ ਲਾ, ਮੈਂ ਝੜ ਵੀ ਗਏ ਆ। ਆਹੋ ਨਾਕੀ ਦੇਖੀ ਜਾਣੀ ਇਹਨੂੰ ਵੱਡੀ, ਤੇ ਨਾ ਕਿਸੇ ਨੇ ਉਹ ਜਿਹੜੀ ਸਿੱਟਣ ਭੇਜੀ, ਇਹ ਸਵਾ ਕੇ ਕੋਟ ਪਾ ਲਿਆ, ਉਹ ਸਾਈਡ ਦੇ ਅੰਦਰ ਕਰਦੀ ਗਰਮ ਹੁੰਦੀ। ਇਹਨੂੰ ਵੀ ਕਿਸੇ ਨੇ ਕਿਹਾ ਜਾ ਆਂਦਰਾਂ ਸੁੱਟ ਗਿਆ, ਇਹਨੇ ਬਾਬਾ ਆਂਦਰਾਂ ਸੁੱਟੀਆਂ ਨੀ, ਸੁਕਾ ਕੇ ਇਹਨੇ ਤਸਮਾ ਵਿੱਚ ਪਾ ਲਿਆ। ਇਹਦਾ ਮੂੰਹ ਗੋਰ ਨਾ ਵੇਖੋ, ਲਾਈਟਾਂ ਦਾ ਝਾੜੂ ਹੁੰਦਾ। ਨਾਨਾ ਵਾਲੇ ਚਲੇ ਗਿਆ, ਕਹਿੰਦਾ ਭਾਈ ਖੁਰਕ ਵਾਲੇ ਨਾਨ ਲਾ ਦੇ, ਕਹਿੰਦਾ ਉਹ ਕਿਹੜੇ, ਕਹਿੰਦਾ ਇੰਜਨ ਕਰਕੇ ਲਾਉਂਦੇ ਹੋ। ਇਹ ਵੀ ਆਪਣੇ ਬੁੜੇ ਨੂੰ ਕਹਿੰਦਾ ਸੀ, ਕਹਿੰਦਾ ਮੈਂ ਉਹ ਮੋਬਾਈਲ ਲੈਣਾ ਜਿਹਦੇ ਹੱਥ 'ਤੇ ਰੱਖ ਕੇ ਖਾਜ ਕਰੀ ਦੀ, ਉਹ ਕਹਿੰਦਾ ਕਿਹੜਾ, ਇਹਦਾ ਭਰਾ ਕਹਿੰਦਾ ਟੱਚ ਫਿੜੋ ਮੂੰਹ ਲਾਹ ਦੀ ਨਾਲ। ਹਾਂਜੀ ਇਹਦਾ ਮੂੰਹ ਵੇਖ ਲਓ ਜੀ, ਮੈਂ ਇਸਤਰੀ 'ਚ ਗਾਣੇ ਕਰਾਏ ਨੇ, ਇਹਦਾ ਵੀ ਮੂੰਹ ਵੇਖ ਲਓ, ਕਿਤੇ ਚਰਾਬ 'ਚ ਪੈਸੇ ਜੋੜੇ ਹੁੰਦੇ। ਇਹ ਭਰਾ ਸਾਲ ਕਿਤੇ ਛੁੱਟੀ ਨਾ ਲੱਭੇ, ਇਹਨੇ ਉੱਤੋਂ ਸਾਈਕਲ ਲੰਘਾ ਦਿੱਤਾ। ਇਹਦੇ ਭਰਾ ਦਾ ਵਿਆਹ ਬਾਜੇ ਵਾਲਿਆਂ ਨੂੰ ਦਾਵਾ ਦੇਣ ਗਿਆ, ਕਹਿੰਦਾ ਬਾਜੇ ਵਾਲਿਆਂ ਬਰਾਤ 'ਤੇ ਆਉਣਾ ਵਾ, ਕਿੰਨੇ ਪੈਸੇ? ਦੁਕਾਨ ਸੀ ਬੜੀ ਠੀਕ ਠਾਕ, ਕਹਿੰਦੇ 5,000, ਕਹਿੰਦਾ ਪੈਸੇ ਬਹੁਤੇ ਆ, ਕਹਿੰਦਾ ਨਾਲ ਹੋਏ ਆ, ਉਹ ਨਾਲ ਇੱਕ ਫੱਟੇ ਦੇ ਬਾਜੇ ਰੱਖ ਕੇ ਬੈਠਾ ਸੀ, ਕਹਿੰਦਾ ਕਿੰਨੇ ਪੈਸੇ? ਕਹਿੰਦਾ 3,000 ਦੇ ਦੀ। ਇੱਕ ਨਾ ਸੁੱਕੇ ਦਰਖਤ ਦੇ ਉੱਤੇ ਨਾ ਬਾਜੇ ਲਮਕਾ ਕੇ ਬੈਠਾ ਵਾ, ਉਹਨੂੰ ਕਹਿੰਦਾ ਕਿੰਨੇ ਪੈਸੇ? ਕਹਿੰਦਾ 15,000। ਕਹਿੰਦਾ ਉਹਦੇ ਕੋਲ ਦੁਕਾਨਾਂ, ਉਹਦੇ ਕੋਲ ਫੱਟਾ, ਉਹਨੇ 5 ਮੰਗਿਆ, 3 ਮੰਗਿਆ, ਤੂੰ 15,000? ਕਹਿੰਦਾ ਮੈਂ ਤਾਜ਼ਾ ਤੋੜ ਕੇ ਵੀ ਆਏ ਆ। ਵਾਹ ਵਾਹ, ਮਹੱਲੇ 'ਚ ਫੋਤੀ ਹੋ ਜਾਂਦੀ ਹੈ, ਜਨਾਜ਼ਾ ਚੁੱਕਣਾ ਅੱਗੇ ਫੜ ਕੇ ਨਾਰ ਘੁਮਾ ਦਿੰਦਾ ਉਹਨਾਂ ਭੰਨਿਆ ਫਿਰ ਇਹਨੂੰ। ਉਹ ਤੇਰਾ ਮੂੰਹ ਇੰਜ ਕੋ ਲੱਗ ਰਿਹਾ ਕਿ ਤੂੰ ਨਸਵਾਰ ਰੱਖੀ ਹੈ। ਨਹੀਂ ਨਹੀਂ ਫਿਰ ਵੀ ਮੈਂ ਮਜ਼ਾਕ ਨਹੀਂ ਕਰ ਰਿਹਾ, ਤੂੰ ਕਿਸੇ ਨੂੰ ਪੁੱਛ ਲਾ, ਮੈਂ ਜੈਨੂਇਨ ਕਹਿ ਰਿਹਾ, ਲੱਗ ਨਹੀਂ ਤੂੰ ਨਸਵਾਰ ਰੱਖਦਾ ਵਾ? ਨਹੀਂ ਨਹੀਂ ਵੈਸੇ ਰੱਖਦਾ। ਨਹੀਂ ਤੇ ਫਿਰ ਇੰਜ ਕੋ ਬੋਲ ਰਿਹਾ ਨਸਵਾਰ ਰੱਖੀ ਹੈ, ਮੂੰਹ 'ਚ ਨਹੀਂ, ਜੇਬ 'ਚ ਰੱਖਦਾ। ਆਹੋ ਭਾਈ ਉਹਦਾ ਜੁਗਤਾ ਮਾਰਨ ਦੇ, ਇੱਕ ਇੱਕ ਸਾਡੇ ਲਈ ਵੀ ਮੰਗਾ ਲਓ। ਅੱਛਾ ਇਹ ਤੁਹਾਡੀਆਂ ਹੀ ਆਈਆਂ ਸੀ, ਭੀੜ ਅਸੀਂ ਲੱਗੇ ਓਏ, ਕਬਰਸਤਾਨ ਨਾਸ਼ਤਾ ਲਾ ਲਿਆ, ਮੈਂ 11 ਕੁ ਵਜੇ ਗਿਆ, ਮੈਂ ਕੀ ਹਾਲ ਆ? ਕਹਿੰਦਾ ਹਲੇ ਸੁੱਤੇ ਹੀ ਨਹੀਂ ਉੱਠੇ, ਸੁਬਾਹ ਕਬਰਸਤਾਨ ਝਾੜੂ ਫੇਰ ਆਉਂਦੇ ਆ, ਮੈਂ ਕਿਹਾ ਹੀ ਕਰਿਆ, ਕਹਿੰਦਾ ਸੁਬਾਹ ਮੁੜਦੇ ਨਾਲ ਟੂਰਨਾਮੈਂਟ। 14 ਅਗਸਤ ਵਾਲੇ ਦਿਨ ਕਈ ਲਿਆ ਕਬਰਸਤਾਨ ਮਾੜ ਗਿਆ, ਕਬਰਾਂ ਹੀ ਪੁੱਟੀ ਆ, ਮੈਂ ਇਹ ਕੀ? ਕਹਿੰਦਾ ਅੱਜ ਦਾਦੀ ਦਾ ਦਿਨ, ਸਾਰੇ ਯਾਦ ਕਰਦੇ ਨੇ, ਸਾਰੇ ਛੱਡ ਦੇਣੇ ਮੈਂ। ਇਹ ਭਾਈ ਨੇ ਨਾ ਸ਼ੋਗੀ ਸ਼ੋਗੀ ਦੇ ਵਿੱਚ ਨਾ 14 ਅਗਸਤ ਵਾਲੇ ਦਿਨ ਚਿੜੀਆਂ ਛੱਡ ਦਿੱਤੀਆਂ ਭਾਈ, 10 ਪੈਸੇ ਨਿਕਲੇ 8 ਦੇ, ਸ਼ਾਮ ਤੱਕ 2 ਫੜ ਕੇ ਦਿੱਤੀਆਂ ਵਿਚਾਰੇ ਨੇ ਵਾਪਸ। ਇਹ ਭਾਈ ਕੇਕ ਲੈਣ ਗਿਆ ਦੁਕਾਨ ਤੇ ਕੰਮ ਕਰਦਾ, ਇਹ ਸਤਾਰ ਨੇ 5,000 ਦਾ ਨੋਟ ਦਿੱਤਾ, ਜਾ ਕੇਕ ਲੈ ਆਇਆ ਤੇ ਪੈਸੇ ਜੇਬ 'ਚ ਪਾ ਕੇ ਆਪਣੇ ਵੱਡੇ ਭਰਾ ਨੂੰ ਲੈ ਗਿਆ। ਇਹ ਦੁਬਾਰਾ ਫਿਰ ਅਗਲੀ ਸਾਲਗਿਰਾ ਦੇ ਕੇਕ ਲੈ ਕੇ ਆਇਆ ਭਾਈ, ਉਹ ਹੁਣ ਨਾ 12 ਵੱਜ ਗਏ, ਉਹ ਕਹਿਣ ਕੇਕ ਕੱਟ ਲਓ, ਕੇਕ ਕੱਟ ਲਓ, ਕਹਿੰਦੇ ਪਹਿਲਾਂ ਹੀ ਕੱਟ ਲਿਆ, ਕਹਿੰਦਾ ਕਿਉਂ? ਕਹਿੰਦੇ 200 ਘੱਟ ਸੀ, ਬੈਕਰੀ ਵਾਲਿਆਂ ਨੇ ਸਾਈਡ ਤੋਂ ਕੱਟ ਲਿਆ। ਅੱਛਾ ਰਾਸ਼ਦ ਤੂੰ ਅੱਜ ਬੜਾ ਮਤਲਬ ਮੰਗਣੀ ਤੋਂ ਆਇਆ ਕਿਤੋਂ? ਨਹੀਂ ਨਹੀਂ ਮੈਂ ਮਹਿੰਦੀ ਤੋਂ ਆਇਆ। ਨਹੀਂ ਨਹੀਂ ਮੈਂ ਪੜ ਕੇ ਆਇਆ। ਹੈ ਸਰਕਾਰ ਜਨਾਜ਼ਾ ਪੜ ਗਿਆ ਨਾ ਨਾਲ ਮਈਅਤ ਵੀ ਲਿਆ। 3 ਭਰਾ ਹਾਂਜੀ ਸੁਣਾਵਾ ਜੀ ਐਟਮ ਮੈਂ ਗਿਆ, ਮੈਂ ਕਿਹਾ ਟੱਕਰ ਮਾਰਨ ਲੱਗੇ, ਮੈਂ ਕਿਹੜੇ ਕੱਚੀ ਬਾਤੀ ਚੈੱਕ ਕਰਨੀ ਹੈ ਜੀ। ਨਹੀਂ ਪਤਾ ਕੋਈ ਨੀ ਨਾ, ਤੁਹਾਨੂੰ ਚਾਹ ਨੀ ਦਿੱਤੀ ਤੂੰ ਕੋਈ ਗੁੱਸਾ ਕਰ। 2-3 ਹਾਂ, 3 ਹੀ ਬੜੇ ਅੱਛੇ ਦੋਸਤ ਹੁੰਦੇ ਜੀ ਪੱਕੇ। ਅੱਛਾ ਇਹ ਗੱਲ ਲੰਮੀ ਮਾਈਕ ਤੋਂ ਬੋਲ ਲਾ, ਆ ਫੜ ਲੈ ਚੱਲ। 3 ਹੀ ਭਰਾ ਬੜੇ ਦੋਸਤ ਹੁੰਦੇ, 1-2-3 ਬੜੇ ਪੱਕੇ ਦੋਸਤ ਹੁੰਦੇ ਨੇ, ਖਾਣਾ ਪੀਣਾ ਨਾਲ, ਕੰਮ ਲੋਕਾਂ ਨੂੰ ਤੰਗ ਕਰਨਾ। 1-2-3 ਇੱਕ ਦਿਨ ਨਾ ਬਾਜ਼ਾਰੋਂ ਰੋਟੀ ਮੰਗਾਉਂਦੇ ਨੇ ਅਤੇ ਢੀਡ ਵੀ ਰੱਜ ਕੇ ਹੁੰਦੇ ਆਪਸ 'ਚ, ਰੱਜ ਬਾਈ ਰੋਟੀ ਮੰਗਾਉਂਦੇ ਨੇ ਅਤੇ ਨਾ ਇਹ ਕਹਿੰਦਾ ਲੂਣ ਘੱਟ ਹੈ, ਆਹ ਕਹਿੰਦਾ ਮੈਨੂੰ ਵੀ ਲੱਗਦਾ,
ਇਹ ਕਹਿੰਦਾ ਭਾਈ ਮੈਨੂੰ ਵੀ ਲੱਗਦਾ, ਇਹ ਇਹਨੂੰ ਕਹਿੰਦਾ ਤੂੰ ਲਿਆ, ਉਹ ਕਹਿੰਦਾ ਤੂੰ ਲਿਆ, ਇਹ ਕਹਿੰਦਾ ਤੂੰ ਲਿਆ। ਸ਼ਰਤ ਹੁੰਦੀ ਆ ਰੋਟੀ ਉਦੋਂ ਖਾਣੀ ਜਦੋਂ ਲੂਣ ਲੈ ਕੇ ਆਉਣਾ, ਅਤੇ ਜ ਲੂਣ ਉਹਨੇ ਲਿਆਉਣਾ ਜਿਹੜਾ ਪਹਿਲੇ ਬੋਲੇਗਾ। ਰੋਟੀ ਲਿਆਉਂਦੀ 8 ਵੱਜ ਗਏ, ਰਾਤ ਦੇ 12 ਵੱਜ ਗਏ, ਇੱਕ ਦੂਸਰੇ ਦਾ ਮੂੰਹ ਦੇਖੀ ਜਾਂਦੇ, ਰੋਟੀ ਉੱਥੇ ਹੀ ਪਈ ਆ, ਕੋਈ ਵੀ ਨਹੀਂ ਬੋਲਦਾ। ਅਗਲੇ ਦਿਨ ਦੇ ਸੁਬਾਹ ਦੇ 8 ਵੱਜ ਗਏ, ਰੋਟੀ ਉੱਥੇ ਪਈ ਆ, ਮੈਂ ਬੋਲਿਆ ਤਾਂ ਮੈਨੂੰ ਲਿਆਉਣਾ ਪੈਣਾ। ਆ ਇਹਦੇ ਮੂੰਹ ਵੱਲ ਦੇਖੀ ਜਾਂਦਾ ਇਹਦੇ, ਆ ਇਹਦੇ ਭੁੱਖ ਨਾਲ ਬੁਰਾ ਹਾਲ ਹੋ ਗਿਆ, ਦੁਪਹਿਰ ਦੇ 12 ਵੱਜ ਗਏ, ਐਡੇ ਢੀਠ ਕੋਈ ਵੀ ਨਹੀਂ ਬੋਲਣ ਦਿਆ। ਆ ਇਹਦੇ ਮੂੰਹ ਵੱਲ ਦੇਖਦਾ ਉਹਦੇ 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 ਉਹਦੇ। ਅਗਲੇ ਦਿਨ ਦੇ ਰਾਤ ਦੇ 8 ਵੱਜ ਗਏ, ਰੋਟੀ ਉੱਥੇ ਪਈ ਯਾਰ, ਤੂੰ ਲਾਣਤ ਪਈ, ਹਫ਼ਤਾ ਲੰਘ ਗਿਆ ਚੱਲ। ਨਹੀਂ ਨਹੀਂ, ਰਾਤ ਦੇ 12 ਵੱਜ ਗਏ, ਸ਼ਿੱਦਤ ਬਰਦਾਸ਼ਤ ਖਤਮ ਹੋ ਗਈ, ਤਿੰਨੀ ਵੀ ਹੋਸ਼ ਹੋ ਗਏ। ਉਹ ਮੁਹੱਲੇ ਵਾਲਿਆਂ ਨੇ ਕਿਹਾ ਹਰਾਮੀ ਨਜ਼ਰ ਨਹੀਂ ਆਉਂਦੇ, ਕਿਤੇ ਮਰ ਮੁੱਕ ਤਾਂ ਨਹੀਂ ਗਏ, ਸਤਾਉਣ ਵਾਲਾ ਕੋਈ ਵੀ ਨਹੀਂ। ਉਹਨਾਂ ਨੇ ਜਦੋਂ ਦੇਖਿਆ ਭਾਈ ਇੱਕ ਸਿਆਣਾ ਜਿਹਾ ਬੰਦਾ ਨਾ ਬਹੁਤ ਛੇੜਦੇ ਸੀ, ਉਹਨੇ ਨਵੀਂ ਫੜੀ, ਉਹ ਕਹਿੰਦਾ ਮਰ ਗਏ ਆ, ਦਫਨਾ ਦਿਓ। ਉਹ ਕਹਿੰਦੇ ਦਫਨਾ ਦਈਏ, ਐਲਾਨ ਹੋ ਗਏ ਜੀ, ਉਹ ਤਿੰਨੀ ਬੰਦੇ ਜਿਹੜੇ ਲੋਕਾਂ ਨੂੰ ਛੇੜਦੇ ਸੀ ਫੌਤ ਹੋ ਗਏ। ਗੁਸਲ ਦਿੱਤਾ ਗਿਆ ਪਹਿਲੇ ਇਹਨੂੰ, ਜਿਹਦਾ ਜਦੋਂ ਪਾਣੀ ਪੈਂਦਾ ਉਦੋਂ ਬੰਦਾ ਉਹ ਚ ਆ ਜਾਂਦਾ ਮੰਜੇ ਦੇ, ਪਿਆ ਸੁਰਤ ਆਈ, ਇਹਨੇ ਦੇਖਿਆ ਬੈਠੇ ਆ, ਫਿਰ ਲੰਮਾ ਪਿਆ, ਨਾ 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 ਹਿੱਲੇ ਨਾ, ਇਹਨੂੰ ਵੀ ਗੁਸਲ ਦਿੱਤਾ, ਇਹ ਵੀ ਜਾਗ ਪਿਆ, ਆਹ ਵੀ ਕਫਨ ਤੱਕ ਪੈ ਗਏ, ਇਹਨਾਂ ਨੂੰ ਜਨਾਏ ਚੱਕ ਲਏ, ਆਹ ਵੀ ਜਿੰਦਾ ਆਹ ਵੀ ਜਿੰਦਾ, ਇੱਕ ਦੂਸਰੇ ਵੱਲ ਦੇਖੀ ਜਾਣ। ਕਲਮਾ ਸ਼ਹਾਦਤ, 4 ਤਕਬੀਰ ਨਮਾਏ, ਜਨਾਇਆ ਵੀ ਹੋ ਗਿਆ ਭਾਈ, ਇਹ ਵੀ ਨਹੀਂ ਬੋਲਿਆ, ਆਹ ਵੀ ਨਹੀਂ ਬੋਲਿਆ, ਆਹ ਵੀ ਨਹੀਂ ਬੋਲਿਆ। ਇੱਕ ਸਿਆਣਾ ਜਿਹਾ ਬੰਦਾ ਜੀ ਕਹਿੰਦਾ ਯਾਰ ਪੱਕੇ ਦੋਸਤ ਸੀ, ਇਕੱਠਿਆਂ ਨੂੰ ਕਬਰਾਂ 'ਚ ਪਾ ਦਾਂਗੇ। ਕਹਿੰਦੇ ਹਾਂ ਯਾਰ ਇਹ ਵੀ ਸਹੀ ਆ, ਪਹਿਲੇ ਇਹਨੂੰ ਕਬਰ 'ਚ ਪਾਇਆ, ਬਹੁਤ ਢੀਠ, ਇਹ ਨਹੀਂ ਬੋਲਿਆ, ਲਿਆਉਣਾ ਪੈਣਾ। ਹਾਂ ਫਿਰ ਆਹ ਇਹਨੂੰ ਪਾਇਆ, ਇਹ ਨਹੀਂ ਬੋਲਿਆ, ਇਹਨੂੰ ਵੀ ਪਾ ਦਿੱਤਾ। ਇਹ ਉੱਠ ਕੇ ਕਹਿੰਦਾ ਭਾਈ ਮੈਂ ਜੀਂਦਾ, ਦੋਨੇ ਉੱਠ ਕੇ ਕਹਿੰਦੇ ਚੱਲ ਲੂਣ ਲੈ ਗਿਆ। ਗੱਲ ਤੇਰੀ ਨੇ ਵੈਸੇ ਸ਼ੇਪ ਕੱਢਤੀ ਬਾਹਰ। ਇਹਦਾ ਭਾਈ ਪੈਂਟ ਦਾ ਆਪਰੇਸ਼ਨ, ਡਾਕਟਰ ਪੈਂਟ ਦਾ ਆਪਰੇਸ਼ਨ ਕਰਨ ਦੇ ਸੀ, ਉਹ ਸਮਾਨ ਨਹੀਂ ਹੁੰਦਾ ਪੈਂਟ ਦਾ, ਉਹ ਇੱਕ ਬਿੱਲੀ ਲੈ ਗਈ। ਉਹ ਡਾਕਟਰ ਨੇ ਨਾ ਲਸਣ ਜਿਹੜਾ ਹੁੰਦਾ ਵਾ ਉਹ ਹਿਸਾਬ ਦਾ ਰੱਖ ਕੇ ਨਾ ਇਹਦਾ ਆਪਰੇਸ਼ਨ ਕਾਮਯਾਬ ਕਰਦਾ। 2 ਸਾਲਾਂ ਬਾਅਦ ਡਾਕਟਰ ਨੂੰ ਮਿਲਿਆ, ਡਾਕਟਰ ਕਹਿੰਦਾ ਹਾਂ ਵੀ ਕਿੱਦਾਂ ਆਪਰੇਸ਼ਨ ਅਪਰੇਸ਼ਨ ਠੀਕ ਆ? ਕਹਿੰਦਾ ਡਾਕਟਰ ਸਾਹਿਬ ਠੀਕ ਆ, ਜਿੱਥੇ ਪਹਿਲੇ ਵਾਲ ਆਉਂਦੇ ਸੀ ਹੁਣ ਉੱਥੇ ਨਾ ਘਾਹ ਜਿਹਾ ਉੱਗਣ ਲੱਗ ਗਿਆ। ਹਾਂਜੀ ਇਹਦੀ ਮਾਈ ਕਹਿੰਦੀ ਜਾ ਪੈਂਪਰ ਲੈ ਗਿਆ, ਪੈਂਪਰ ਦਾ ਨਾਂ ਭੋਜ ਹੋਲੀ ਮਰੇ, ਗੱਲ ਕਰ ਲੈ ਕਾਮੇਡੀ ਪ੍ਰੋਗਰਾਮ ਕਰ ਰਹੇ ਹਾਂ, ਲੇਕਿਨ ਵਿੱਚ ਗੱਲ ਜਿਹੜੀ ਉਹ ਦੂਜੀ ਸੀਰੀਅਸ ਵੀ ਸ਼ੁਰੂ ਹੋ ਰਹੀ ਹੈ। ਅੱਛਾ ਜੀ, ਇੱਕ ਮਿੰਟ ਆ ਜਾਓ। ਹਾਂਜੀ ਐ ਭਾਈ ਜੁਮਾ ਪੜਨ ਗਿਆ, ਓਏ ਤੂੰ ਜੁਮਾ ਪੜਨ ਚਲਾ ਗਿਆ ਅੱਗੇ? ਜੇ ਪਾੜੀ ਲਿਆ ਤੇ ਬਿਸਤਰ ਨਾ ਕਰੋ। ਅੱਛਾ ਜੀ, ਜੁਮਾ ਪੜਨ ਗਿਆ ਨੇ ਮਸੀਤੋਂ ਕੁੱਟ ਖਾ ਲਈਏ, ਜੁਮਾ ਹੋਣਾ ਸੀ ਪਹਿਲੋਂ ਸਫਾ ਲਪੇਟਣ ਦੇ ਆ। ਇਹ ਭਾਈ ਵੀ ਭਾਈ ਜੋ ਗੁਰਬਤ ਚੱਲਣ ਦੇ, ਇਹਨੇ ਕੋਈ ਕੰਮ ਕੁੰਮ ਕੋਈ ਨਹੀਂ ਸੀ, ਇਹਨੇ ਕਿਹਾ ਯਾਰ ਹੁਣ ਕੰਮ ਦਾ ਕਰਨਾ, ਇਹਨੂੰ ਕੋਈ ਕੰਮ ਨਹੀਂ ਮਿਲਿਆ, ਲੂਮਾ ਦਾ ਜੇ ਉਹ ਬਾਜੇ ਵਾਲਿਆਂ ਦੇ ਨਾਲ ਨੌਕਰੀ, ਵੱਡਾ ਬਾਜਾ ਨਹੀਂ ਹੁੰਦਾ ਜਾਨੀ ਭਾਈ, ਉਹ ਵਜਾਉਣਾ ਸ਼ੁਰੂ ਕਰਦਾ ਹੁਣ ਨਾ। ਇੱਕ ਬਰਾਤ ਦੇ ਨਾਲ ਚਲ ਗਏ ਇਹ, ਉਹ ਬਾਜਾ ਬੂਜਾ ਉਹਨਾਂ ਨੇ ਨਾ ਦਾਵਤ ਦੂਵਤ ਰੋਟੀ ਪਹਿਲਾਂ ਹੀ ਲਾ ਕੇ ਰੱਖੀ, ਬਾਜਾ ਬੂਜਾ ਵਜਾ ਕੇ ਨਾ ਵੱਡਾ ਬਾਜਾ ਐਂ ਟੇਬਲ ਰੋਟੀ ਵਾਲੇ ਟੇਬਲ ਨਾਲ ਰੱਖਦਾ ਇਹਨੇ, ਪਹਿਲੇ ਭਾਈ ਚੋਲਾਂ ਦੀ ਬਰਾਤ ਉਹਦੇ 'ਚ, ਉੱਤੇ ਕੋਰਵੇ ਦੀ ਬਰਾਤ, ਸ਼ਰਟ ਲਾ ਕੇ ਉੱਤੇ ਰੱਖ ਦਿੱਤੀ ਵੱਡੇ ਬਾਜੇ ਦੇ। ਉਹਨਾਂ ਦਾ ਇੱਕ ਇਹਦੇ ਨਸੀਬ ਮਾੜੇ, ਇੱਕ ਦਾਦਾ ਸੀ ਬੁੱਢਾ ਆ, ਕਹਿੰਦਾ ਯਾਰ ਆ ਬਾਜਾ ਛਣਾ ਦਿਓ, ਮੈਨੂੰ ਪਤਾ ਨਹੀਂ ਫਿਰ ਮੇਰੀ ਜ਼ਿੰਦਗੀ ਮੌਤ ਦਾ ਕੀ ਪਤਾ। ਉਹ ਫਿਰ ਤੁਹਾਨੂੰ ਪਤਾ ਖਾਨ ਸਾਹਿਬ ਅਗਲੇ ਹੁੰਦੇ ਆ, ਉਹ ਕਹਿੰਦੇ ਚੱਲ 4 ਪੈਸੇ ਆਉਂਗੇ, ਉਹ ਇਹਦੀਆਂ ਮਿੰਨਤਾਂ ਕਰਨ ਬਾਜਾ ਵਜਾ। ਉਹ ਨਹੀਂ 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 ਮੇਰੇ ਪੇਟ ਖਰਾਬ ਹੈ। ਉਹ ਕਹਿੰਦੇ ਪੈਸੇ ਆਣੇ ਮਰਿਆ, ਤੂੰ ਕਿਹੜੇ ਕਮਰਾ ਚੱਕਰਾਂ 'ਚ ਲੱਗਿਆ ਵਾ, ਪੈਸੇ ਆਣੇ 4? ਉਹ ਨਹੀਂ ਨਹੀਂ ਮੇਰਾ ਪੇਟ ਖਰਾਬ ਹੈ। ਉਹ ਲਾੜਾ ਕਹਿੰਦਾ ਉਹ ਭਾਈ ਤੁਹਾਨੂੰ ਨਾ ਸਲਾਮੀ ਮਿਲਣੀ ਨਾ ਗੱਲ ਨਾ ਬਾਤ, ਜੇ ਬਾਜਾ ਨਾ ਵਜਾਇਆ। ਸ਼ਰਮਿੰਦਾ ਜਿਹਾ ਹੋ ਕੇ ਸ਼ਰਟ ਪਾ ਕੇ ਨਾ ਬਾਜਾ ਵਜਾਇਆ ਨੇ, ਪੂਰੀ ਬਰਾਤ ਲਿਬੜ ਗਈ, ਸ਼ਰਮਿੰਦਾ ਨਹੀਂ ਹੋਇਆ, ਕਹਿੰਦਾ ਤੁਹਾਨੂੰ ਮੈਂ ਕਿਹਾ ਸੀ ਨਾ ਮੇਰਾ ਪੇਟ ਖਰਾਬ। ਜੁਮਾ ਪੜਨ ਜਾਂਦਾ ਤੇ ਮੌਲਵੀ ਕਹਿੰਦਾ ਆਪਣੇ ਆਪ ਮੋਬਾਈਲ ਬੰਦ ਕਰ ਦਿਓ, ਇਹ ਮੋਬਾਈਲ ਘਰ ਪਹੁੰਚ ਜਾਂਦਾ, ਘਰ ਮੋਬਾਈਲ ਬੰਦ ਕਰਨ ਚਲੇ ਜਾਂਦਾ। ਅੱਛਾ ਭਾਜੀ ਇਹਨੂੰ ਨਾ ਮਾਰੇਗਾ ਤੇ ਛੱਡਣੇ ਨੇ,
ਖੁੱਲ ਕੇ ਦਿਲੋਂ ਵਾਪਸ ਆ ਰਿਹਾ ਬੱਸ ਦੇ ਵਿਚ ਉਹਨਾਂ ਦੋ ਤਿੰਨ ਬੰਦਿਆਂ ਨੇ ਇਹਨਾਂ ਬਦਤਮੀਜ਼ੀ ਕੀਤੀ ਇਹਨੇ ਕੁਛ ਨੀ ਕਿਹਾ ਉਹਨਾਂ ਬਾਬਾ ਘਸੁੰਨ ਮਾਰੇ ਜਦੋਂ ਉਹ ਉਤਰ ਗਏ ਨਾ ਅਗਲੇ ਸਟਾਪ ਤੇ ਉਹ ਬੰਦਿਆਂ ਨੇ ਕਿਹਾ ਯਾਰ ਉਹਨਾਂ ਨੇ ਤੇਰੇ ਨਾਲ ਜ਼ਿਆਦਤੀ ਕੀਤੀ ਤੂੰ ਕੁਛ ਵੀ ਨੀ ਕਿਹਾ ਬੱਕਰੀ ਲੈ ਕੇ ਆ ਰਿਹਾ ਸੀ ਕਹਿੰਦਾ ਮੇਰੇ ਨਾਲ ਲੇਡੀ ਸਵਾਰੀ ਨਾ ਹੁੰਦੀ ਮੈਂ ਬਹੁਤ ਮਾਰਨਾ ਸੀ ਅੱਛਾ ਭਾਅ ਜੀ ਅਸੀਂ ਆਪਣੇ ਸਟਾਈਲ 'ਚ ਨਾ ਤਾਂ ਇੱਕ ਬ੍ਰੇਕ ਲਵਾਂਗੇ ਨਾਜ਼ਰੀਨ ਇੱਕ ਬ੍ਰੇਕ ਦਾ ਟਾਈਮ ਹੋਇਆ ਆਪਾਂ ਦੁਬਾਰਾ ਮਿਲਦੇ ਹਾਂ ਸਾਡੇ ਨਾਲ ਰਹਿਣਾ ਤੁਸੀਂ ਜਾਣਾ ਨਹੀਂ ਕਿਤੇ ਨਾਜ਼ਰੀਨ ਇੱਕ ਬ੍ਰੇਕ ਦਾ ਟਾਈਮ ਹੋ ਗਿਆ ਵਾ ਇੱਥੇ ਪ੍ਰੋਗਰਾਮ ਦਾ ਕਿਤੇ ਜਾਣਾ ਨਹੀਂ ਇੱਥੇ ਹੀ ਰਹਿਣਾ ਵਾ ਦੁਬਾਰਾ ਅਸੀਂ ਜਾਨੀ ਭਾਈ ਅਤੇ ਰਸ਼ ਭਾਈ ਦੇ ਨਾਲ ਇੱਥੇ ਹੀ ਮਿਲਣਾ ਹਾਂ ਗੁੱਡ ਗੁੱਡ ਵੈਲਕਮ ਬੈਕ ਨਾਜ਼ਰੀਨ ਪ੍ਰੋਗਰਾਮ ਦੁਬਾਰਾ ਖੁਸ਼ ਆਉਂਦੀ ਅਸੀਂ ਬੈਠੇ ਹਾਂ ਸਿੱਧੂਪੁਰੇ ਦੀ ਪੁਲੀ ਦੇ ਗੁਲਾਮ ਅਹਿਮਦਾਬਾਦ ਤੇ ਆਪਣੇ ਤਾਹਰ ਭਾਈ ਕਿੱਧਰ ਗਿਆ ਤਾਹਰ ਕਿੱਥੇ ਗਿਆ ਤਾਹਰ ਦਾ ਹੋਟਲ ਆ ਇੱਥੇ ਸ਼ਾਮੀਆਂ ਸ਼ੂਮੀਆਂ ਜੇ ਵੋ ਲੰਗਰ ਬਹੁਤ ਆਲਾ ਸਿੱਧੂਪੁਰੇ ਦੀ ਪੁਲੀ ਤੇ ਠੀਕ ਆ ਨਾ ਕਿਉਂਕਿ ਨਾਜ਼ਰੀਨ ਗੱਲ ਇਹ ਆ ਕਿ ਜਿਹੜਾ ਇੰਨਾ ਸਾਨੂੰ ਉਤਾਵਨ ਕਰ ਰਿਹਾ ਉਹਦੇ ਗਾਹਕ ਵੀ ਅਸੀਂ ਰੋਕੇ ਨੇ ਵਿਚਾਰੇ ਦੇ ਦੁਕਾਨਦਾਰ ਵੀ ਉਹਦੀ ਖਰਾਬ ਕੀਤੀ ਉੱਪਰੋਂ ਅਸੀਂ ਪਹਿਲੇ 17 ਕੁ ਜਣਿਆਂ ਨੇ ਲੰਗਰ ਵੀ ਉਹਦੇ ਕੋਲੋਂ ਕਰ ਲਿਆ ਭਾਵੇਂ ਅਸੀਂ ਨਹੀਂ ਵੀ ਪੈਸੇ ਦੇਣੇ ਫਿਰ ਵੀ ਉਹਦੀ ਮਿਹਰ ਬਣਦੀ ਤਾਂ ਹੈ ਨਾ ਕਿਉਂ ਜੀ ਕਿਉਂ ਰਸ਼ ਸਾਹਿਬ ਨਹੀਂ ਹੋ ਸਕਦਾ ਉਹਨੇ ਲੈਣੇ ਹੋਣ ਅੱਛਾ ਯਾਰ ਵੈਸੇ ਦਾਲ ਵਾਲੀ ਟਿੱਕੀ ਅਤੇ ਕਿਹੜੀ ਸੀ ਇੱਕ ਦਾਲ ਵਾਲੀ ਟਿੱਕੀ ਅਤੇ ਇੱਕ ਕਬਾਬ ਉਹ ਮੈਨੂੰ ਇੱਕ ਹੋਰ ਤੂੰ ਖਵਾ ਦੇਵੇ ਨਾ ਇੱਥੇ ਨਾਜ਼ਰੀਨ ਦੇ ਸਾਹਮਣੇ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਏ ਬੰਦ ਕਰਤਾ ਜੀ ਨਾਜ਼ਰੀਨ ਉਹ ਟਿੱਕੀਆਂ ਸ਼ਾਮੀਆਂ ਮੁੱਕ ਗਈਆਂ ਨੇ ਕਿਉਂਕਿ ਰਾਤ ਦਾ ਟਾਈਮ ਬਹੁਤ ਹੋ ਗਿਆ ਯਾਰ ਤੂੰ ਇੰਨਾ ਨਵਾਂ ਸੂਟ ਖੁਦਾ ਦਿਆ ਬੰਦਿਆ ਤੂੰ ਮਤਲਬ ਕੌਣ ਆ ਤੂੰ ਬਹੁਤਾ ਨਵਾਂ ਵਾ ਜ਼ਿਆਦਾ ਨਵਾਂ ਵਾ ਮਿੱਟੀ ਪਾ ਲਵਾਂ ਥੋੜ੍ਹੀ ਜਿਹੀ ਉੱਤੇ ਉਹ ਯਾਰ ਮਿੱਟੀ ਦੀ ਨਹੀਂ ਗੱਲ ਤੂੰ ਡਰਾਮਾ ਕਰਦਾ ਮੈਂ ਤੈਨੂੰ ਕਦੀ ਵੀ ਨਹੀਂ ਵੇਖਿਆ ਕਿ ਤੂੰ ਇੰਨਾ ਨਵਾਂ ਸੂਟ ਪਾ ਕੇ ਜਾਂਦਾ ਹੋਵੇ ਇਹ ਕੰਮ ਹੀ ਇਦਾਂ ਦਾ ਸਿਰਫ ਇਹ ਵੀ ਸਾਫ਼ ਸੁਥਰਾ ਆਪਣੇ ਆਪ ਨੂੰ ਰੱਖਣਾ ਪੈਂਦਾ ਇਹ ਅੱਜ ਹੀ ਰੱਖਣਾ ਸੀ ਤੂੰ ਨਹੀਂ ਅੱਜ ਕੀ ਆ ਨਹੀਂ ਅੱਜ ਇਹੀ ਤਾਂ ਮੈਂ ਪੁੱਛ ਰਿਹਾ ਕੀ ਹੈ ਤੂੰ ਐਡੀ ਜੈਕਟ ਤੂੰ ਡਰਾਮਾ ਕਰਨ ਗਿਆ ਮਰੇ ਕਿ ਤੂੰ ਕੋਈ ਡਰਾਮਾ ਤਾਂ ਨਹੀਂ ਕਰਨ ਗਿਆ ਸੀ ਨਹੀਂ ਮੇਰੇ ਨਾਲ ਪਹਿਲੇ ਬਹੁਤ ਡਰਾਮੇ ਹੋਏ ਮੈਂ ਤਾਂ ਬਸ ਜਿਹੜੇ ਪਹਿਲੇ ਕੀਤੇ ਆ ਨਾ ਉਹਨਾਂ ਨੂੰ ਸਹੀ ਕਰਨ ਭਾਅ ਜੀ ਤੁਸੀਂ ਸਾਰੇ ਰਾਸ਼ਦ ਕਮਾਲ ਨੂੰ ਜਾਣਦੇ ਹੋ ਨਾ ਤੁਸੀਂ ਦੱਸੋ ਰਾਤ ਨੂੰ ਡਰਾਮਾ ਕਰਨ ਤੇ ਕਦੀ ਆ ਗਿਆ ਚੱਦਰ ਦੇਖੋ ਇਦਾਂ ਹੋਇਆ ਕਦੀ ਵੀ ਨਹੀਂ ਇਹ ਪਿਓਰ ਲੱਗ ਰਿਹਾ ਕਿ ਕਿਤੋਂ ਇਹ ਨਾ ਆਇਆ ਹੈ ਨਹੀਂ ਇਹ ਵੀ ਹੋ ਸਕਦਾ ਮੈਂ ਕਿਤੇ ਜਾਣਾ ਹੋਵੇ ਹੈਨਾ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਵੈਸੇ ਅੱਛਾ ਇਹੋ ਜਿਹੇ ਬੰਦੇ ਨੇ ਨਵਾਂ ਸੂਟ ਪਾ ਕੇ 3-4 ਵਾਰੀ ਕਹਿ ਲਓ ਸ਼ਰਮਿੰਦਾ ਜੋ ਲੱਭਦੇ ਉਹ ਨਹੀਂ ਯਾਰ ਠੀਕ ਆ ਇਹਨਾਂ ਦਾ ਨਹੀਂ ਨਵਾਂ ਕੀ ਗੱਲ ਕਈ ਬੰਦਿਆਂ ਦੇ ਮੂੰਹ ਇੱਦਾਂ ਦੇ ਹੁੰਦੇ ਆ ਕਿ ਉਹਨਾਂ ਨੂੰ ਨਾ ਆਪਣੇ ਕੱਪੜੇ ਕੁਪੜੇ ਸਾਫ਼ ਰੱਖਣੇ ਪੈਂਦੇ ਆ ਮੈਂ ਇਸ ਕਰਕੇ ਮੇਰਾ ਮੂੰਹ ਇੱਦਾਂ ਦਾ ਵਾ ਮੈਂ ਕੱਪੜੇ ਕੁਪੜੇ ਆਪਣੇ ਸਾਫ਼ ਰੱਖਣੇ ਪੈਂਦੇ ਮੈਨੂੰ ਨਹੀਂ ਤਾਂ ਮੈਨੂੰ ਯਕੀਨ ਕਰੋ ਆਹ ਹੀ ਬੰਦਾ ਨਾਲ ਬਹਿਣ ਦੇਵੇ ਨਹੀਂ ਕੱਪੜੇ ਤੂੰ ਸਾਫ਼ ਰੱਖ ਲੇਕਿਨ ਨਵੇਂ ਕਿਉਂ ਪਾਏ ਆ ਨਹੀਂ ਹੁਣ ਤੁਹਾਨੂੰ ਨਵੇਂ ਲੱਗਣ ਦੇ ਉਹ ਯਾਰ ਮੈਨੂੰ ਲੱਗਣ ਦੇ ਮੈਂ ਆਨਾ ਵਾ ਯਾਰ ਆ ਦੇਖੋ ਨਵੇਂ ਨਹੀਂ ਬਿਲਕੁਲ ਆਹ ਦੇਖੋ ਮੈਨੂੰ ਤਾਂ ਲੱਗਦਾ ਤੂੰ ਉੱਤੇ ਤਾਰੇ ਮੀਰਾ ਦਾ ਤੇਲ ਝੱਸਿਆ ਇਹਨਾਂ ਨੇ ਆਹੋ ਲੈਦਾ ਨਹੀਂ ਜਿਵੇਂ ਪਾਲਿਸ਼ ਮਾਰੀ ਨਹੀਂ ਬਟਨਾਂ ਦੇ ਕੱਲੇ ਕੱਲੇ ਬਟਨ ਦੇ 15-15 ਮਿੰਟ ਬੁਰਸ਼ ਕਰਾਇਆ ਉਹਨਾਂ ਨੂੰ ਇਹ ਬਟਨ ਤਾਂ ਇੰਪੋਰਟੈਂਟ ਬਟਨ ਇਹਨਾਂ ਨਾਲ ਪੱਖਾ ਵੀ ਚੱਲ ਜਾਂਦਾ ਵਾ ਬੜੀ ਮਿਹਨਤ ਨਾਲ ਲੱਭੇ ਆ 7-8 ਕੋਟਾਂ ਜੋ ਲੰਡੇ ਬਾਜ਼ਾਰੋਂ ਲਾਏ ਪੂਰੀ ਹੋਈ ਹੈ ਭਰਾ ਸਾਰੇ ਇਹਦਾ ਕਲਾਸ ਫੈਲੋ ਮਰ ਗਿਆ ਤਾਂ ਰੋਈ ਜਾਵੇ ਇਹਨੂੰ ਉਹਦੇ ਪਿਓ ਨੇ ਪੁੱਛਿਆ ਵੀ ਤੂੰ ਕਿਉਂ ਰੋਣ ਡਿਆ ਕਹਿੰਦਾ ਇਹਦਾ ਰੋਲ ਨੰਬਰ 45 ਸੀ ਮੇਰਾ 46 ਆ ਹੁਣ ਮੇਰੀ ਵਾਰੀ ਅੱਛਾ ਭੈਣ ਤੁਹਾਡਾ ਨਾਮ ਮੁਜ਼ਫਰ ਹੁਸੈਨ ਤੁਸੀਂ ਕਰਿਆਨੇ ਦੀ ਦੁਕਾਨ ਕਰਦੇ ਨਹੀਂ ਅਸੀਂ ਲੰਡੇ ਦੀ ਕਰਦੇ ਹਾਂ ਜੀ ਲੰਡੇ ਦੀ ਦੁਕਾਨ ਕਰਦੇ ਅਤੇ ਉਹਦੇ ਲਾਗੇ ਕੋਈ ਕਰਿਆਨੇ ਦੀ ਬੈਠਕ 'ਚ ਦੁਕਾਨ ਕੋਈ ਹਾਂਜੀ ਹੈਗੀ ਉਹ ਜਾਮੀਨ ਦੀ ਹੈਗੀ ਆ ਹਾਂਜੀ ਉਹ ਤੂੰ ਸਾਬਣ ਨਹੀਂ ਰੱਖੇ ਉਹਦੀ ਛੇੜ ਆ ਜਾਮੀਨ ਦੀ ਉਹ ਕੁਆਟ ਦਾ ਕੰਮ ਕਰਦਾ ਛੱਡੋ ਤੇ ਨਾਲ ਕੁਆਟ ਦੇ ਕੰਮ ਕਰਦੇ ਅਸੀਂ ਵੀ ਨਾਲ ਉਹਦੇ ਕੁਆਟ ਦੇ ਹਾਂ ਇਹਨੂੰ ਇਹਦਾ ਰੰਗ ਭਲਾ ਕਿਉਂ ਨਹੀਂ ਚਿੱਟਾ ਹੁੰਦਾ ਇਹ ਲਿਫਾਫੇ 'ਚੋਂ ਨਹੀਂ ਕੱਢਦਾ ਉਂਝ ਨਹੀਂ ਨਹਾਈ ਜਾਂਦਾ ਅੱਛਾ ਇਹ ਵੀ ਇੱਦਾਂ ਹੀ ਕਰਦਾ ਅੱਛਾ ਇਹ ਕਾਗਜ਼ ਤੇ ਸਾਬਣ ਲੈ ਕੇ ਨਹਾਉਂਦਾ ਰਹਿੰਦਾ ਆ ਸਹੀ ਗੱਲ ਆ ਭਾਈ ਤੁਹਾਡਾ ਕੀ ਨਾਮ ਆ ਹਸਨ ਅਲੀ ਮਾਸ਼ਾਅੱਲਾ ਅੱਛਾ ਤੁਸੀਂ ਇਹਨਾਂ ਸਾਰਿਆਂ 'ਚੋਂ ਮੁਖਤਲਿਫ ਰੰਗ ਤੁਹਾਡਾ ਮਾਜਦਾ ਤੁਸੀਂ ਪਠਾਨ ਤੇ ਨਹੀਂ ਨਹੀਂ ਮਲਕ ਜੇ ਤੁਸੀਂ ਮਾਰੀ ਟੈਂ ਤੇ ਮਾਰੀ ਟੈਂ ਐਡਾ ਚਿੱਟਾ ਮਰੇ ਤੂੰ ਕੂਚ ਕੇ ਹੋਇਆ ਵਾ ਅੱਛਾ ਮਤਲਬ ਕੋਈ ਕਰੀਮਾ ਸ਼ਰੀਮਾ ਜੀ ਜੋੜੋ ਜੋਲਾ ਉਹਦਾ ਖੂਮੜ ਦੇ ਲਾ ਕੇ ਜਾ ਅੱਛਾ ਮਾਸ਼ਾਅੱਲਾ ਇਹਨਾਂ ਨੂੰ ਮੈਂ ਇਸ ਤੋਂ ਨਹੀਂ ਜਾਣ ਦਿੱਤਾ ਇਹਨਾਂ ਦਾ ਮੈਨੂੰ ਸਟਾਈਲ ਬਹੁਤ ਅੱਛਾ ਲੱਗਾ ਜਿਹੜਾ ਐਂ ਕਰਕੇ ਗੱਲ ਕਰਦੇ ਨਾ ਇਹੀ ਆ ਭਾਅ ਜੀ ਇਹਨਾਂ ਨੇ ਮੁਰਗੀ ਰੱਖ ਲਈ ਹੈ ਘਰ ਇਹਨਾਂ ਨੇ ਮੁਰਗੀ ਰੱਖ ਲਿਆ ਪਿਓ ਕਹਿੰਦਾ ਮੁਰਗੀ ਮਾਰ ਕੇ ਕਹਿੰਦਾ ਕਿ ਆਂਡੇ ਦਿੰਦੀ ਤੂੰ ਦੇ ਸਕਦਾ ਜੁਗਨ ਮਾਰਦਾ ਲੱਗਦਾ ਇਹਨੂੰ ਫਾਲਜ ਹੋਇਆ ਨਹੀਂ ਨਹੀਂ ਇਹ ਸਾਈਡ ਇੱਧਰ ਨੂੰ ਝੱਪ ਖਾਂਦੀ ਹੈ
ਆ ਕਰੀਏ ਰਖਾ ਲਾ ਆ ਦੇਖ ਜਿੱਧਰ ਸਾਈਡ ਨੀਵੀਂ ਆ ਉਧਰ ਇੱਟ ਰੱਖ ਲਾ ਇਹ ਟਾਈਮ ਫੜ ਕੇ ਨਾ ਤਾਂ ਜਿੱਧਰ ਦੂਸਰਾ ਸੈਗਮੈਂਟ ਮੇਰੇ ਤੇ ਸੀ ਨਹੀਂ ਵੀ ਦੂਸਰਾ ਸੈਗਮੈਂਟ ਕੰਨੀ ਬਣ ਲਾ ਯਾਰ ਤੂੰ ਆਹੋ ਇਹ ਵੀ ਕਰਾਚੀ ਦੀ ਟ੍ਰੇਨ 'ਚ ਬੈਠਾ ਓਏ ਹੋਏ ਮੈਂ ਮਰ ਗਿਆ ਕਰਾਚੀ ਦੀ ਟ੍ਰੇਨ 'ਚ ਬੈਠਾ ਇਹਦੇ ਸਾਹਮਣੇ ਨਾ ਇੱਕ ਬੀਬੀ ਬੈਠੀ ਬੋਤਲ ਚੱਕੇ ਮੂੰਹ ਨੂੰ ਲਾਵੇ ਥੱਲੇ ਰੱਖ ਦੇਵੇ ਬੋਤਲ ਚੱਕੇ ਮੂੰਹ ਲਾਵੇ ਥੱਲੇ ਰੱਖ ਦੇਵੇ ਓਏ ਬਾਬਾ ਭਾਈ ਓਏ ਮੈਂ ਘੰਟਾ ਡੇਢ ਨਾ ਇਦਾਂ ਹੀ ਚੱਲਦਾ ਰਿਹਾ ਇਹ ਗੁੱਸੇ 'ਚ ਉੱਠੇ ਉਹਨੇ ਸਾਰੀ ਪੀ ਲਈ ਕਹਿੰਦਾ ਅੰਮਾ ਇੱਦਾਂ ਪੀਦੀ ਕਹਿੰਦੀ ਕੋਲੀ ਜਿਹੀ ਲੱਗਣੀ ਆ ਮੈਂ ਥੁੱਕਣ ਦਈ ਸੀ ਘੰਟਾ ਹੋ ਗਿਆ ਅੱਛਾ ਜੀ ਭਾਈ ਮੈਂ ਵੀ ਹੁਣ ਤੇਰੇ ਕੋਈ ਬੋਲਿਆ ਕਰ ਚੱਲ ਹੋਰ ਅਗਲੀ ਗੱਲ ਤਰੀਕਾ ਸਹੀ ਆ ਨਾ ਇਹ ਨਾ ਬਾਬਾ ਚੱਕੋ ਆਉਂਦੇ ਆ ਕਹਿੰਦਾ ਇੱਕ ਮਾਈ ਨੂੰ ਪੁੱਛਿਆ ਨੇ ਕਹਿੰਦਾ ਫੈਸਲਾਬਾਦ ਦੀ ਆ ਬੀਬੀ ਮੈਨੂੰ ਸਹੀ ਦੱਸ ਦੂੰਗੀ ਲਾਹੌਰ ਵਾਲੇ ਗਲਤ ਦੱਸ ਦੇ ਕਹਿੰਦਾ ਖਾਲਾ ਜੀ ਕੱਚੀ ਬਾਦੀ ਕਿੱਥੇ ਆ ਕਹਿੰਦੀ ਬਹੁਤ ਟੱਕਰ ਮਾਰ ਕੇ ਦੇਖ ਲੈ ਤੁਹਾਨੂੰ ਕੀ ਗੱਲ ਆ ਤੁਹਾਨੂੰ ਕੋਈ ਪਰੇਸ਼ਾਨੀ ਆ ਨਹੀਂ ਨਹੀਂ ਪਰੇਸ਼ਾਨੀ ਨਹੀਂ ਜੁਗਤਾਂ ਆਉਂਦੀਆਂ ਨੇ ਮੇਰਾ ਪ੍ਰੋਗਰਾਮ ਜੁਗਤਾਂ ਦਾ ਨਹੀਂ ਹੈਗਾ ਮੈਨੂੰ ਤੁਸੀਂ ਆਪਣੀ ਪਰੇਸ਼ਾਨੀ ਵੀ ਦੱਸ ਸਕਦੇ ਤੁਹਾਡੇ ਚਿਹਰੇ ਦਾ ਰੰਗ ਦੱਸ ਰਿਹਾ ਕੀ ਗੱਲ ਆ ਤੁਹਾਡਾ ਕੋਈ ਪਾਣੀ ਆ ਕਿਸੇ ਹਿੱਸੇ 'ਚ ਕੋਈ ਪਿੱਤੇ 'ਚ ਗੁਰਦੇ 'ਚ ਕੋਈ ਪਾਣੀ ਪਿਆ ਮੇਦੇ 'ਚ ਕੋਈ ਬਿਮਾਰੀ ਆ ਤੁਹਾਨੂੰ ਕੋਈ ਡਾਕਟਰਾਂ ਨੇ ਜਵਾਬ ਦਿੱਤਾ ਹੋਵੇ ਪਿਛਲੇ ਮਹੀਨੇ ਹੋਈ ਸੀ ਬਿਮਾਰੀ ਇੱਕੋ ਵਾਰੀ ਬਚਿਆ ਮੈਂ ਉਦੋਂ ਦਾ ਹੀ ਮੈਂ ਜਾ ਰਿਹਾ ਖਾਨ ਸਾਹਿਬਾਂ ਵੱਲ ਤੁਸੀਂ ਲੰਡੇ ਦਾ ਕੰਮ ਕਰਦੇ ਆ ਨਹੀਂ ਹੁਣ ਕਵਾੜ ਦਾ ਕਰ ਰਹੇ ਹਾਂ ਕਵਾੜ ਦਾ ਹਾਂਜੀ ਇਹਨੂੰ ਇਹਦੀ ਦਾਦੀ ਨੇ ਗਾਲਾਂ ਹੀ ਇੰਨੀਆਂ ਕੱਢੀਆਂ ਵੀ ਬਿਮਾਰੀ ਪੈਣੇ ਆ ਉਦੋਂ ਦੀ ਇਹਨੇ ਪੱਕੀ ਹੋਇਆ ਵੀ ਮੈਂ ਬਿਮਾਰ ਹੀ ਅੱਛਾ ਕਵਾੜ ਦਾ ਕੰਮ ਕਰਦੇ ਹਾਂਜੀ ਕਵਾੜ 'ਚ ਕੀ ਹੁੰਦਾ ਆਹੀ ਲੋਹਾ ਪਿੱਤਲ ਸਿਲਵਰ ਬਸ ਲੋਹਾ ਪਿੱਤਲ ਸਿਲਵਰ ਹਾਂਜੀ ਘਰਾਂ 'ਚ ਜਾ ਕੇ ਵਾਅਦਾ ਵੀ ਲਾਉਂਦੇ ਨਹੀਂ ਨਹੀਂ ਆ ਜਾਂਦਾ ਆ ਵੀ ਚੱਲ ਕੇ ਆ ਜਾਂਦਾ ਅੱਛਾ ਉਹ ਜਿਹੜੇ ਆ ਜਿਹੜੇ ਦੂਜੇ ਫਿਰਨ ਵਾਲੇ ਤੁਹਾਡੇ ਕੋਲ ਆ ਕੇ ਤੁਹਾਨੂੰ ਵੇਚਦੇ ਬਿਲਕੁਲ ਵੇਚਦੇ ਅੱਛਾ ਮਾਸ਼ਾ ਅੱਲਾ ਠੀਕ ਠੀਕ ਬੰਦਾ ਬੋਲਦਾ ਐਂ ਜਿਵੇਂ ਇਹਦੇ ਮੂੰਹ 'ਚ ਰੋਟੀ ਦੀ ਬੁਰਕੀ ਆ ਭਾਈ ਨੇ ਖਰਬੂਜੇ ਦੀ ਰੇੜੀ ਲਾ ਲਈ ਉਹ ਗਾਹਕ ਆਇਆ ਕਹਿੰਦਾ ਭਾਈ ਮਿੱਠੇ ਕਹਿੰਦਾ ਮਿੱਠੇ ਨੀ ਭਾਈ ਮਿੱਠੇ ਛੋਟੇ ਹੁੰਦੇ ਖਰਬੂਜੇ ਇਹਨੇ ਸ਼ਵਾਰਮੇ ਲਾ ਲਏ ਸੁਬਹਾ ਤੋਂ ਲਾ ਸ਼ਾਮ ਤੋਂ ਲਾ ਕੇ ਬੈਠਾ ਸੁਬਹਾ ਹੋ ਗਈ ਕੋਈ ਨਹੀਂ ਵਿਕਿਆ ਮੈਂ ਕਿਹਾ ਕੀ ਗੱਲ ਲਾ ਲਾ ਕਹਿੰਦਾ ਚਿਕਨ ਹੀ ਬਹੁਤ ਲੇਟ ਆਇਆ ਅੱਜ ਆਹ ਸ਼ਵਾਰਮੇ ਲਾ ਕੇ ਰੋਹ ਵਾਲੇ ਵੇਲਣੇ 'ਤੇ ਚਲਾ ਗਏ ਮੈਂ ਕਿਹਾ ਇੱਥੇ ਕਿਉਂ ਆਇਆ ਕਹਿੰਦਾ ਇਹਨਾਂ ਤੋਂ ਜੂਸ ਕਢਾਉਣਾ ਆ ਉੱਦਾਂ ਮੇਰੇ ਕੋਲ ਖਾਧੇ ਨਹੀਂ ਜਾਂਦੇ ਇਹ ਸ਼ਵਾਰਮਾ ਲੈਣ ਆਇਆ ਮੇਰੇ ਕੋਲ ਕਹਿੰਦਾ ਦੋਵਾਂ ਸਾਈਡਾਂ ਤੋਂ ਬੰਦ ਕਰਦੀ ਮੈਂ ਕਿਹਾ ਦਫਨਾਉਣਾ ਵਾ ਕਹਿੰਦਾ ਅੱਛਾ ਮੈਂ ਗੱਲ ਕਰਨਾ ਕਹਿੰਦਾ ਨਾਦਰੀ ਦਾ ਜਿਹੜਾ ਇਲਾਕਾ ਨਾ ਗੁਲਾਮ ਮੁਹੰਮਦਾਬਾਦ ਇਹਦੀ ਬੋਲੀ ਨਾ ਸਾਡੇ ਚੜ੍ਹਦੇ ਪੰਜਾਬ ਨਾਲ ਬਹੁਤ ਮਿਲਦੀ ਹੈ ਇੰਡੀਅਨ ਪੰਜਾਬ ਨਾਲ ਯਾਨੀ ਜਿਹੜੇ ਸਾਡੇ ਸਿੱਖ ਭਰਾ ਨੇ ਨਾ ਇਹ ਸਟਾਈਲ ਉਹਨਾਂ ਦਾ ਬੜਾ ਮਿਲਦਾ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਮਤਲਬ ਕੋਈ ਕਈ ਉਹਨਾਂ ਦੇ ਇਲਾਕੇ ਐਸੇ ਨੇ ਜਿਹੜੀ ਬਿਲਕੁਲ ਸੇਮ ਇੱਥੇ ਵਰਗੀ ਬੋਲੀ ਹੈ ਜਿਵੇਂ ਇਹ ਬੋਲ ਰਿਹਾ ਇਹ ਹੁਣ ਦੇਖੋ ਨਾ ਗੱਲ ਉਹੀ ਹੈ ਜਿਹੜੀ ਤੁਸੀਂ ਅੱਗੇ ਵੀ 20 ਵਾਰੀ ਸੁਣੀ ਹੋਏਗੀ ਲੇਕਿਨ ਕਿਸੇ ਹੱਦ ਤੱਕ ਤੁਹਾਨੂੰ ਫਿਰ ਮਤਲਬ ਦੁਬਾਰਾ ਸਿਰਫ ਉਹਦੇ ਸਟਾਈਲ ਦੀ ਵਜ੍ਹਾ ਤੋਂ ਆ ਰਿਹਾ ਲੇਕਿਨ ਤੂੰ ਮਨੇ ਮਾੜੀ ਤਾਂ ਹੋ ਕੇ ਤੇਰਾ ਸਟਾਈਲ ਅਫਸਰਾਂ ਵਾਲਾ ਇੱਕ ਦਫਾ ਇਹ ਉੱਥੇ ਚਲਾ ਗਿਆ ਇਹ ਕੀ ਕਰਦੇ ਇਹਦਾ ਹਾਂ ਦੇਖੀ ਜ਼ਰਾ ਇਹ ਬੰਦਾ ਜਿਹੜਾ ਇਹ ਦੇਖ ਲਓ ਉਹਦੀ ਬੇਸ ਨਹੀਂ ਜੁਗਤ ਮਾਰਨ ਵਾਲੀ ਮਰੇ ਮਾੜੀ ਟਾਈਮ ਤੂੰ ਤੇਰਾ ਗ੍ਰਾਮ ਹੀ ਨਹੀਂ ਜੁਗਤ ਵਾਲਾ ਇਹ ਬੰਦਾ ਇੱਕ ਦਫਾ ਉੱਥੇ ਚਲਾ ਗਿਆ ਬੇਟਾ ਤੂੰ ਐਡਾ ਯਾਦ ਕੈਸਰ ਜੁਗਤਬਾਜ਼ ਨਜ਼ਲਾ ਕੰਮ ਹੋਇਆ ਤਾਂ ਤੂੰ ਹਾਂਜੀ ਭੈਣ ਇਹ ਭਾਈ ਨਾ ਹੋਰ ਅੱਛਾ ਤੁਸੀਂ ਸਿੱਧੀ ਗੱਲ ਕਰੋ ਹਾਂ ਮਤਲਬ ਮੈਂ ਤਾਂ ਕਹਿੰਦਾ ਇਹ ਦੇਖੀਏ ਭਲਾ ਕੀ ਕਰਦਾ ਇਹ ਫੜੀ ਮੈਨੂੰ ਤੁਸੀਂ ਕਹਿਣਾ ਕਿ ਹਾਂਜੀ ਭੈਣ ਹਾਂਜੀ ਭੈਣ ਇਹ ਤੇਰੇ ਕਿਸੇ ਕਹਿੰਦਾ ਨਾ ਪਹਿਲੇ ਮੂੰਹ ਬਣਾਉਂਦਾ ਵਾ ਫਿਰ ਗੱਲ ਕਰਦਾ ਤੂੰ ਸਿੱਧਾ ਹੀ ਕਹਿ ਕੇ ਹਾਂਜੀ ਭੈਣ ਹਾਂਜੀ ਇਹ ਭੈਣ ਇੱਕ ਦਫਾ ਇੱਦਾਂ ਕਰ ਲਾ ਉਹ ਦੁਬਾਰਾ ਕਰੀਏ ਕੀ ਕਰਦਾ ਭਲਾ ਹਾਂਜੀ ਇਹ ਭਾਅ ਜੀ ਇੱਕ ਵਾਰੀ ਨਾ ਆ ਵੇਖੀ ਆ ਵੇਖੀ ਜਰਾ ਆ ਵੇਖੀ ਹਾਂਜੀ ਇਹ ਗੱਲ ਕਾਜੇ ਇੰਜ ਕਰਦਾ ਪਹਿਲੇ ਆ ਚਲੋ ਜੀ ਇਹਨੂੰ ਗੱਲ ਹੋਟਲੋਂ ਛਿੱਤਰ ਪੈ ਗਏ ਹਾਜੀ ਤਾਂ ਹਰ ਕੋ ਮੈਂ ਕਿਹਾ ਹਾਜੀ ਸਾਹਿਬ ਇਹਨੂੰ ਕੋਈ ਗੋੜਦੇ ਕਹਿੰਦੇ ਰੋਜ਼ ਹੀ ਆਰਡਰ ਦੇ ਕੇ ਦੌੜ ਜਾਂਦਾ ਇਹ ਗੱਲ ਕਰਦਾ ਤੇ ਐਂ ਲੱਗਦਾ ਚਾਹ ਦਾ ਘੁੱਟ ਭਰਨ ਲੱਗਾ ਹੈਨਾ ਇਹਨੇ ਨਾ ਪੈਰਾਂ ਰਾਵਾਂ ਜੁੱਤੀਆਂ ਖਾ ਲਈਆਂ ਕਿੱਥੋਂ ਜੀ ਕਿੱਥੋਂ ਪੈਰਾਂ ਰਾਵਾਂ ਲਾਹੌਰ ਓਏ ਠਹਿਰੋ ਨਵਾਂ ਬਣਿਆ ਵਾ ਉਹ ਕਹਿੰਦਾ ਪੈਰਾਂ ਰਾਵਾਂ ਇਹ ਬੰਦਾ ਹੋਟਲ ਗਿਆ ਕਹਿੰਦਾ ਕੀ ਪੱਕਿਆ ਵਾ ਹੋਟਲ ਵਾਲਾ ਕਹਿੰਦਾ ਸਿਰੀ ਪੱਕੀ ਤੇ ਢੱਕਣ ਬਾਰੇ ਗੱਲ ਕਰਦਾ ਇਹ ਨਾ ਉੱਥੇ ਚਲ ਗਿਆ ਕਰਾਚੀ ਇਹ ਕਿਹੜੀ ਜੁਗਤ ਹੈ ਇਹ ਨਾ ਉੱਥੇ ਚਲਾ ਗਿਆ ਉੱਥੇ ਕਿੱਥੇ ਇਹ ਨਾ ਉੱਥੇ ਚਲਾ ਗਿਆ ਇਹਨਾਂ ਨੂੰ ਤੌਫੀਕ ਰੱਬ ਘੱਟ ਦਿੰਦਾ ਬਾਹਰਲੇ ਸ਼ਹਿਰ ਜਾਣ ਦੀ ਤਾਂ ਭੇਜਦੇ
ਅੱਛਾ ਕਰਾਚੀ ਚਲਾ ਗਿਆ ਇਹ ਭਾਈ ਕਰਾਚੀ ਚਲਾ ਗਿਆ ਉੱਥੇ ਉਹ ਕਰਾਚੀ ਇਹ ਮੈਂ ਗਿਆ ਕਰਾਚੀ ਚਲਾ ਗਿਆ ਜਾਨੀ ਭਾਈ ਦੂਸਰਾ ਸੈਗਮੈਂਟ ਮੇਰੇ ਤੇ ਆ ਨਹੀਂ ਨਹੀਂ ਇਹ ਕਰਾਚੀ ਚਲਾ ਗਿਆ ਮੈਂ ਨਹੀਂ ਭੇਜਦਾ ਨਾ ਜੀ ਇੱਕ ਬ੍ਰੇਕ ਦਾ ਟਾਈਮ ਹੋਇਆ ਹੈ ਆਪਾਂ ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਸਾਡੇ ਨਾਲ ਰਹਿਣਾ ਜੀ ਥੈਂਕ ਯੂ ਜੀ ਲਓ ਜੀ ਨਾਜ਼ਰੀਨ ਵੈਲਕਮ ਬੈਕ ਪ੍ਰੋਗਰਾਮ 'ਚ ਦੁਬਾਰਾ ਖੁਸ਼ ਆਮਦੀਦ ਮੇਰੇ ਨਾਲ ਇਹੀ ਕਰੈਕਟਰ ਇਹ ਵੀ ਭਾਈ ਦਾ ਸਟਾਈਲ ਬਹੁਤ ਅੱਛਾ ਹੈ ਅਤੇ ਇਹ ਭਾਈ ਨਵੇਂ ਆਏ ਨੇ ਇਹ ਉਹ ਯਾਰ ਤੂੰ ਇੰਨਾ ਮਰੇ ਕੀ ਗੱਲ ਕੀ ਆ ਉਹ ਤੈਨੂੰ ਕੀ ਗੱਲ ਆ ਮੈਂ ਮੇਰੇ ਦਿਮਾਗ 'ਚ ਮੈਂ ਤੈਨੂੰ ਕਦੀ ਇੰਨਾ ਨਵਾਂ ਦੇਖਿਆ ਨਹੀਂ ਮੈਂ ਪੁੱਠੀ ਪਾਲਵਾਂ ਹਾਂ ਇਹ ਤਾਂ ਤੂੰ ਮੇਰੀ ਗੱਲ ਪੁੱਠੀ ਪਾ ਰਿਹਾ ਨਹੀਂ ਮੈਨੂੰ ਦੱਸ ਦੇ ਕੀ ਕਰਾਂ ਮੈਂ ਤੂੰ ਯਾਰ ਮਤਲਬ ਆ ਵੇਖ ਨਾ ਉੱਪਰੋਂ ਆਹ ਦੇਖ ਵਾਹ ਬਾਜਾ ਕਿੱਥੇ ਤੇਰਾ ਓਏ ਹਰ ਵਾਜੇ ਦੇ ਮੁੰਡੇ ਨੇ ਆਂਡੇ ਲਾਏ ਭਾਈ ਤੁਹਾਡਾ ਕੀ ਨਾਮ ਜ਼ੈਨ ਅਲੀ ਜ਼ੈਨ ਆਹ ਤਾਹਰ ਸਾਹਿਬ ਨੇ ਜੀ ਜਿਹਨਾਂ ਦਾ ਹੋਟਲ ਹੈ ਇੱਥੇ ਆ ਕੇ ਨਾ ਮੇਰੀ ਵੀ ਬੋਲੀ ਮੇਰਾ ਦਿਲ ਕਰ ਰਿਹਾ ਉਹ ਹੀ ਬੋਲਾਂ ਮੈਂ ਜਿਵੇਂ ਇੱਥੇ ਬੋਲੀ ਜਾਂਦੀ ਹੈਗੀ ਹੈ ਇਹ ਕਲਚਰ ਪਾਏ ਨੇ ਇੱਥੇ ਦਾ ਹਾਂਜੀ ਇਹ ਕਲਚਰ ਆ ਅੱਛਾ ਭਾਜੀ ਕੋਈ ਅੱਛੀ ਜੀ ਇਹਨੂੰ ਇੱਕ ਜੁਗਤ ਇਹਨਾਂ ਦੋਵਾਂ ਭਰਾਵਾਂ ਨੇ ਭਾਈ ਬੱਕਰਾ ਲੈ ਲਿਆ ਵੱਡੀ ਅਤੇ ਉਹਨੂੰ ਹਲਾਲ ਕਰਨ ਲਈ ਛੁਰੀ ਨਹੀਂ ਲੱਭ ਰਹੀ ਇਹਨਾਂ ਦੋਵਾਂ ਭਰਾਵਾਂ ਨੇ ਭਾਈ ਕੈਮੀਕਲ ਦੀ ਡੋਰ ਫਾ ਗਲੇ 'ਚ ਮਾਰ ਕੇ ਵਰਤੋਂ ਅਵੇ ਮੈਂ ਕਹਿਣਾ ਗੱਲ ਭਾਵੇਂ ਸੁਣੀ ਹੋਵੇ ਪਹਿਲੇ ਪਰ ਇਹਦੇ ਮੂੰਹ ਫਿਰ ਉਹਦੀ ਕੋਈ ਮਜ਼ਾ ਆ ਰਿਹਾ ਇਹਦਾ ਮੂੰਹ ਚਲੋ ਭਾਈ ਜੀ ਇਹਦਾ ਮੂੰਹ ਇੱਦਾਂ ਕਿੱਦਾਂ ਧੋਤੀ ਵਿੱਚੋਂ ਗੋਡਾ ਬਾਹਰ ਆਇਆ ਹੁੰਦਾ ਆ ਭਾਈ ਦਾ ਹੀ ਮੂੰਹ ਇੱਦਾਂ ਬੱਲੇ ਨਾਲ ਦੇਖ ਪਕਾਈ ਇਹ ਭਾਈ ਹੈ ਨਾ ਛੋਟਾ ਭਤੀਜਾ ਫੋਤ ਹੋ ਗਿਆ ਆਪਾਂ ਚੱਕ ਕੇ ਲੈ ਕੇ ਜਾ ਰਿਹਾ ਕਬਰਸਤਾਨ ਇਹ ਕਹਿੰਦਾ ਆਬੂ ਜੀ ਮੈਨੂੰ ਫੜਾ ਦੇ ਕਹਿੰਦਾ ਮੇਰੇ ਕੋਲ ਰੋਂਦੇ ਆ ਮੈਂ ਭਾਈ ਜਨਾਇਆ ਜਾ ਰਹੇ ਨੇ ਵਿੱਚੋਂ ਖਾਪਾ ਤੀ ਰੋਕੋ ਰੋਕੋ ਬੰਦੇ ਕਹਿੰਦੇ ਯਾਰ ਰੋਕੋ ਮੂੰਹ ਦੇਖਣ ਆਇਆ ਉਹ ਮੁਰਦੇ ਦੇ ਮੂੰਹ ਤੋਂ ਕੱਪੜਾ ਲੈ ਕੇ ਭਾ ਲੱਠਾ ਕੀ ਭਾ ਲਿਆ ਸੀ ਓਏ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਸੱਚੀ ਮੁੱਚੀ ਦੀ ਇੱਥੇ ਗੁਲਾਮਾਬਾਦ ਨਾ ਕੋਈ ਮੈਂ ਨਾਂ ਨਹੀਂ ਲੈਣਾ ਫੌਤਗੀ ਹੋ ਗਈ ਨਾ ਕਿਸੇ ਦੀ ਅਤੇ ਉਹ ਜਨਾਦਾ ਅੰਦਰ ਜਾ ਰਿਹਾ ਅਤੇ ਉੱਥੇ ਨਾ ਇੱਕ ਮਸ਼ੀਨ ਹੈ ਟੈਪ ਕਰੈਕਟਰ ਵੀ ਵਿੱਚ ਉਹਨਾਂ ਦਾ ਨਾ ਰਿਸ਼ਤੇਦਾਰ ਜਿਹੜਾ ਨਸ਼ਾ ਨੁਸ਼ਾ ਕਰਦਾ ਅਤੇ ਮਾੜਾ ਤੂੰ ਇੱਕ ਐਸੀ ਉਹਦੇ 'ਚ ਨਾ ਇੱਕ ਲੋਕੇਸ਼ਨ ਰਸਤਾ ਹੁੰਦਾ ਕਿ ਜਿੱਥੇ ਨਾ ਸਿਰਫ ਚਾਰ ਬੰਦੇ ਫੜ ਸਕਦੇ ਕਵਰਾਂ ਬਹੁਤ ਜ਼ਿਆਦਾ ਨੇ ਉਹ ਦਰਮਿਆਨ ਵਾਲੇ ਸਾਈਡਾਂ 'ਤੇ ਹੋ ਜਾਂਦੇ ਨੇ ਉਹਨੇ ਚਾਰ ਹੁੰਦੇ ਦਰਮਿਆਨ ਵਾਲੇ ਸਾਈਡਾਂ ਹੁੰਦੇ ਅਤੇ ਚਾਰ ਵਾਲਿਆਂ ਦਾ ਤਿੰਨ ਗੁਣਾ ਭਾਰ ਬਹੁਤਾ ਹੋ ਜਾਂਦਾ ਉਹ ਜਦੋਂ ਰਸਤਾ ਸ਼ੁਰੂ ਹੋਣ ਲੱਗਾ ਨਾ ਉੱਥੇ ਉਹਨੇ ਉਹ ਜਿਹੜਾ ਨਸ਼ਈ ਚਰਸੀ ਸੀ ਨਾ ਮਾੜਾ ਉਹਨੇ ਉੱਥੇ ਇੰਝ ਕੰਡਾ ਫੜਿਆ ਅੱਗੋਂ ਰਸਤਾ ਆਇਆ ਬਾਕੀ ਸਾਈਡ 'ਤੇ ਅਤੇ ਉਹ ਇੰਝ ਅਤੇ ਖਿਜਿਆ ਇਹ ਜੈਨੂਇਨ ਗੱਲ ਆ ਅਤੇ ਖਿਜਿਆ ਪਿਆ ਫੁੱਲ ਅਤੇ ਜਾ ਕੇ ਨਾ ਉੱਥੇ ਮੰਜਾ ਰੱਖ ਕੇ ਨਾ ਅਤੇ ਪਰੇ ਜਾ ਕੇ ਇੱਕ ਕਬਰ ਦੇ ਉੱਤੇ ਨਾ ਪੈਰਾਂ ਭਾਰਿਆਂ 'ਚ ਬਹਿ ਗਿਆ ਕਬਰ ਦੇ ਉੱਤੇ ਖਿਜਿਆ ਵੀ ਰੁੱਸਿਆ ਵੀ ਮੇਰਾ ਕੋਈ ਚੱਕਰ ਨਹੀਂ ਮਤਲਬ ਅਤੇ ਇੱਕ ਬੰਦੇ ਨੇ ਕਿਹਾ ਉਹਨੇ ਕਿਹਾ ਓਏ ਉੱਠ ਤੋਂ ਕਬਰ ਤੋਂ ਕਹਿੰਦਾ ਤੇਰੀ ਹੈ ਤੂੰ ਫਿਰ ਆ ਗਿਆ ਅਗਲੀ ਵਾਰੀ ਆਓ ਤੇ ਸੱਲਾ ਡੱਬਾ ਲੈ ਕੇ ਆਉਣਾ ਇਹਦੇ ਵੱਲ ਦੇਖੋ ਕਿੱਦਾਂ ਕਾਵੀਏ ਨਾਲ ਸੁਰਮਾ ਪਾਇਆ ਹੁੰਦਾ ਭਾਈ ਦਾ ਮੂੰਹ ਵੇਖੋ ਪੁੱਠੀ ਦਵਾ ਮੰਗੀ ਇਹਨੇ ਊਂਟ ਕੋ ਛਿੱਤਰ ਖਾ ਲਏ ਉਹਦੇ ਕੰਨ 'ਚ ਜਾ ਕਹਿੰਦਾ ਉਹ ਬੁੱਲੜ ਇਹਨੂੰ ਕਿਸੇ ਨੇ ਪੁੱਛਿਆ ਯਾਰ ਏਅਰਪੋਰਟ ਸ਼ਹਿਰੋਂ ਬਾਹਰ ਕਿਉਂ ਬੁਲਾਉਂਦੇ ਕਹਿੰਦਾ ਕੋਈ ਨਾਨ ਟਿੱਕੀ ਵਾਲਾ ਨਹੀਂ ਚੜਦਾ ਓਏ ਹੋਏ ਹੋਏ ਇਹਦਾ ਐਕਸੀਡੈਂਟ ਹੋ ਗਿਆ ਬੜਾ ਖਤਰਨਾਕ ਐਕਸੀਡੈਂਟ ਹੋਇਆ ਅਤੇ ਇਹਦੀ ਜਾਨ ਜੂਨ ਬਚ ਗਈ ਡਾਕਟਰ ਸਾਹਿਬ ਆਏ ਕਹਿੰਦੇ ਯਾਰ ਤੇਰਾ ਐਕਸੀਡੈਂਟ ਹੋਇਆ ਬੜਾ ਅਤੇ ਲੇਕਿਨ ਤੂੰ ਬਚ ਗਿਆ ਅੱਲਾ ਨੇ ਤੈਨੂੰ ਸ਼ੁਕਰ ਹੈ ਤੇਰੀ ਜਾਨ ਬਚਾਤੀ ਆ ਅਤੇ ਰੋਈ ਜਾਵੇ ਡਾਕਟਰ ਕਹਿੰਦਾ ਤੂੰ ਰੋਣ ਕਿਉਂ ਡਿਆ ਕਹਿੰਦਾ ਮੈਂ ਰੋਣ ਇਸ ਵਾਸਤੇ ਡਿਆ ਜਿਹੜੀ ਗੱਡੀ ਮੇਰੇ 'ਚ ਵੱਜੀ ਆ ਉਹਦੇ ਪਿੱਛੇ ਲਿਖਿਆ ਸੀ ਜ਼ਿੰਦਗੀ ਰਹੀ ਅਤੇ ਫਿਰ ਮਿਲਾਂਗੇ ਇਹ ਵੀ ਭਾਈ ਤੀਸਰੀ ਮੰਜ਼ਿਲ ਤੋਂ ਨਾ ਕੋਠੇ ਤੋਂ ਥੱਲੇ ਗਏ ਆ ਪੰਜ ਸੱਤ ਬੰਦੇ ਨਾਸੇ ਆਏ ਉਹ ਕਹਿੰਦੇ ਭਾਈ ਕੀ ਹੋਇਆ ਕਹਿੰਦਾ ਮੈਂ ਵੀ ਹੁਣੀ ਉੱਤੋਂ ਆਇਆ ਮੈਨੂੰ ਅੱਛਾ ਟੋਪੀ 'ਤੇ ਦੇਖ ਲਓ ਕਿੰਨੇ ਇੰਗਲਿਸ਼ ਲਿਖੀ ਹੈ ਐਂ ਲੱਗਦਾ ਫਸਟ ਈਅਰ ਦੀ ਕਿਤਾਬ 'ਚ ਟੱਕਰਾਂ ਮਾਰੀ ਪੰਜੀ ਰੁਪਏ ਦਾ ਨਾ ਕੋਈ ਕਲਾਕ ਲੱਭ ਕੇ ਲਿਆ ਦੀਵਾਰ 'ਤੇ ਲਾਈਏ ਸਾਰਾ ਸ਼ਹਿਰ ਫਿਰਦਾ ਰਿਹਾ ਉਹਨੇ ਕਿਹਾ ਯਾਰ ਪੰਜੀ ਰੁਪਏ ਦਾ ਕਲਾਕ ਕੋਈ ਵੀ ਨਹੀਂ ਦੇ ਰਿਹਾ ਅਤੇ ਵਾਪਸੀ ਤਾਂ ਰੋਗ ਨਹੀਂ ਨਾਮ 'ਤੇ ਸੂਈਆਂ ਲਾ ਕੇ ਲੈ ਆ ਆ ਕੇ ਕਹਿੰਦਾ ਹਾਂਜੀ ਵਾਹਿਗੁਰ ਇਹ ਲੈਟ ਦਰਦਾਰ ਨਾ ਮਰੀਜ਼ ਦਾ ਪਤਾ ਕਰਨ ਗਿਆ ਕੁਛ ਵੀ ਨਹੀਂ ਲੈ ਕੇ ਗਿਆ ਉਹਨਾਂ ਨੇ ਕੀ ਲੈ ਗਿਆ ਕਹਿੰਦਾ ਤਸੱਲੀ ਉਹਦਾ ਵੀ ਕਿਲੋ ਫਰੂਟ ਖਾਇਆ ਜਾਂਦਾ ਤੁਹਾਡੇ ਕੋਲ ਕੋਈ ਹੋਰ ਗੱਲ ਹੈ ਭਾਈ ਸ਼ਵਾਰਮਾ ਲੈਣ ਗਿਆ ਅਤੇ ਉੱਥੇ ਜਾ ਕਹਿੰਦਾ ਸਪਾਰੀ ਨਰਮ ਭਾਜੀ
ਅੱਛਾ ਯਾਰ ਇਹ ਤਾਂ ਵਾਕਈ ਰਾਸ਼ਨ ਨੇ ਸਹੀ ਕਿਹਾ, ਇੰਝ ਲੱਗਦਾ ਜਿਵੇਂ ਨਾ ਅਸੀਂ ਇਹਦੇ ਕੋਈ ਮੋਟਰਸਾਈਕਲ ਨਾ ਸਾਈਡ 'ਤੇ ਲਾਈ ਆ ਕਿ ਬੇਟਾ ਤੇਰੇ ਬੱਚੇ ਲੁਕੋਏ ਆ, ਤੂੰ ਜੁਗਤਾਂ ਮਾਰੇਗਾ ਤੇ ਬੱਚੇ ਦੇਣੇ ਤੈਨੂੰ, ਅਤੇ ਉਹ ਰੋਣ ਵੀ ਆ ਰਿਹਾ, ਬੱਚਿਆਂ ਦਾ ਦੁੱਖ ਵੀ ਆ ਰਿਹਾ ਅਤੇ ਜੁਗਤ ਵੀ ਮਾਰਨੀ ਹੈ। ਅੱਛਾ ਸਾਰੇ ਫਰੈਸ਼ ਬੈਠੇ ਆ, ਉਹ ਬੰਦੇ ਦਾ ਮੂੰਹ ਐਂ ਜਿਵੇਂ ਉਧਾਰ ਪੈਸੇ ਲੈਣ ਆਇਆ, ਦੇ ਦਿਓ ਯਾਰ ਤੁਹਾਡੀ ਪੈਸੇ ਨੂੰ ਕਿਹਾ ਮੈਂ ਦੇ ਹੀ ਦੇਣੇ, ਮੈਂ ਕਿਹੜਾ ਮਰ ਜਾਣਾ ਮੈਂ ਲੈ ਕੇ। ਹਾਂਜੀ ਪਾਨਾਂ ਦੀ ਦੁਕਾਨ ਵਾਲੀ, ਇੱਕ ਬੰਦਾ ਕਹਿੰਦਾ ਦੋ ਪਾਨ ਮਿੱਠੇ ਲਾ ਕੇ ਬੰਦ ਕਰ ਦੇ, ਇਹਨੇ ਪਾਨ ਲਾ ਕੇ ਦੁਕਾਨ ਬੰਦ ਕਰਤੀ। ਆ ਲਾਰੀ ਐਡੇ ਬਾਥਰੂਮ 'ਚ ਗਿਆ ਤਾਂ ਉਹਨੂੰ ਜਾਣ ਲੱਗਾ ਪੈਸੇ ਫੜਾਈ ਜਾਵੇ, ਉਹ ਕਹਿੰਦਾ ਤੂੰ ਵਾਪਸੀ ਤਾਂ ਦੇ ਦੀ, ਕਹਿੰਦਾ ਨਹੀਂ ਵਾਪਸੀ ਤਾਂ ਮੇਰੇ ਕੋਲ ਖਰਚੇ ਜਾਣੇ। ਆਪਣੀ ਦਾਦੀ ਨੂੰ ਸ਼ਵਾਰਮਾ ਲਿਆ ਕੇ ਦਿੱਤਾ ਅਤੇ ਉਹ ਕਹਿੰਦੀ ਪੁੱਤ ਮੇਰੇ ਕੋਲ ਖਾਧਾ ਨਹੀਂ ਜਾਣਾ, ਮਾੜਾ ਜਿਹਾ ਪੋਲਾ ਕਰ ਦੇ ਮੈਨੂੰ। ਇਹਨਾਂ ਨੂੰ ਵੀ ਨਿਲਾਮ ਘਰ 'ਚ ਨਾ ਸਵਾਲ ਪੁੱਛਿਆ ਗਿਆ, ਉਹ ਕਿਹੜੀ ਚੀਜ਼ ਆ ਜਿਹਦੀਆਂ 20 ਅੱਖਾਂ 40 ਲੱਤਾਂ 10 ਹੱਥ ਇਹ ਜਿੱਤ ਗਏ, ਉਹ ਕਹਿੰਦਾ ਕਿਹੜੀ ਚੀਜ਼, ਕਹਿੰਦਾ ਮੇਰੀ ਦਾਦੀ। ਹਾਂ ਬਈ ਅੱਛਾ ਇਹੋ ਜਿਹਾ ਬੰਦਾ ਨਹਿਰ 'ਚ ਨਹੀਂ ਡੁੱਬਦਾ, ਨੱਕ ਹੀ ਅੱਡਾ। ਇਹੋ ਜਿਹਾ ਬੰਦਾ ਵੀ ਗਲੀ ਦੇ ਵਿੱਚ ਨਾ ਗਟਰ ਕੱਢ ਦੇ, ਉਹਨਾਂ ਦੋ ਪੇੜੇ ਲਿਆਉਂਦਾ ਤਾਂ ਕਹਿੰਦਾ ਮੇਰੀਆਂ ਵੀ ਰੋਟੀਆਂ ਲਾ ਦੇ। ਅੱਛਾ ਮੈਂ ਜਿੱਦਾਂ ਦਾ ਮੂੰਹ ਇੱਦਾਂ ਦਾ ਬੰਦਾ ਮਹਿਕਮਾ ਨਹਿਰ 'ਚ ਹੁੰਦੇ ਆ, ਕੰਮ ਕੋਈ ਵੀ ਨਹੀਂ ਹੁੰਦਾ, ਸਿਰਫ ਨਹਿਰ 'ਚ ਵੜ ਕੇ ਅਫਸਰ ਨੂੰ ਦੱਸ ਦਿੰਦੇ, ਸਰ ਜੀ ਇੱਥੋਂ ਪਾਣੀ ਇੰਨਾ ਇੰਨਾ, ਇੱਥੋਂ ਪਾਣੀ ਇੰਨਾ ਇੰਨਾ, ਅੱਛਾ ਮੈਨੂੰ ਗੋਤੇ ਆਉਣ ਡਿਆ। ਇੱਕ ਮਿੰਟ ਯਾਰ ਸਾਰੇ ਚੁੱਪ ਕਰੋ, ਤੈਨੂੰ ਕੋਈ ਹੋਰ ਜੁਗਤ ਆਉਂਦੀ? ਆਪੇ ਗਿਆ ਚੁੱਪ ਰਵੋ। ਤੈਨੂੰ ਮੈਂ ਪੁੱਛਿਆ ਕੋਈ ਹੋਰ ਜੁਗਤ ਆਉਂਦੀ ਆ? ਆ ਭਾਈ ਵਾਸ਼ਰੂਮ 'ਚ ਗਿਆ, ਉੱਥੇ ਲਿਖਿਆ ਜ਼ੋਰ ਲਗਾਇਆ, ਜ਼ੋਰ ਲਾ ਕੇ ਉਹਨਾਂ ਟੂਟੀ ਪੁੱਟ ਲਿਆ। ਤੂੰ ਨਾ ਫਟਾਫਟ ਜਾ ਕੇ ਆਪਣੇ ਆਪ ਨੂੰ ਚਾਰਜਰ 'ਤੇ ਲਾ ਲਾ, ਤੇਰਾ ਆਖਰੀ ਸੈੱਲ ਚੱਲਣ ਡਿਆ। ਇਹਦੇ ਨਾ ਭਾਈ ਮਹੱਲੇ ਹੀ ਫੌਦਗੀ ਹੋ ਗਈ, ਇਹ ਮੁਰਦਾ ਨਵਾਣਾ ਮਸਜਿਦ 'ਚ ਫੱਟਾ ਲੈਣ ਚਲਾ ਗਿਆ। ਮੌਲਵੀ ਨੇ ਪੁੱਛਿਆ ਫੱਟਾ ਨਵਾ ਫੱਟਾ ਲੈਣਾ ਮਤਲਬ ਮੁਰਦਾ ਨਵਾਣਾ, ਕਹਿੰਦਾ ਨਹੀਂ ਯਾਰ ਲੱਕ ਸਿੱਧਾ ਕਰਨਾ। ਇਹ ਵੀ ਚਲ ਗਿਆ ਈਦ ਦੇ ਦਿਨਾਂ 'ਚ ਫੱਟਾ ਲੈਣ, ਉਹ ਕਹਿੰਦਾ ਕੀ ਗੱਲ ਕੋਈ ਫੌਦਗੀ, ਕਹਿੰਦਾ ਨਹੀਂ ਚੂੜੀਆਂ ਲਾਉਣੀਆਂ। ਤੂੰ ਗੱਲ ਕਰਨੀ ਆ, ਲਓ ਜੀ ਇੱਕ ਮਿੰਟ ਠਹਿਰ ਜਾਓ ਜੀ। ਇਹਨਾਂ ਘਰ ਫੋਦ ਕੇ ਹੋ ਗਈ ਮੰਜੇ 'ਚੋਂ ਮੰਜਾ ਲੈਣ ਗਏ, ਘਰ ਸਾਹਿਬ ਕਹਿੰਦੇ ਕਿੰਨੇ ਪੈਸੇ, ਕਹਿੰਦਾ 400, ਕਹਿੰਦਾ 200 ਲੈ ਲਿਓ ਅੱਧ ਲਾ ਦਿਓ। ਕੋਈ ਹੈ ਕਿ ਤੇਰੇ ਕੋਈ ਐਸਾ? ਨਹੀਂ ਨਹੀਂ ਰੋਲ ਤੇ ਇਹਦਾ ਮੂੰਹ ਇੱਦਾਂ ਦਾ ਕਿੱਦਾਂ ਕਸਾਈਆਂ ਦੇ ਕੁੰਡੇ ਨਾਲ ਫਿਫੜਾ ਜੰਗਿਆ ਹੁੰਦਾ। ਅੱਛਾ ਇਹਦਾ ਮੂੰਹ ਹੈ ਪੇਟੀਆਂ ਵਾਲੇ ਤੁਹਾਡੇ ਨਾਮ ਪੋਲਾ ਕੀਤਾ ਹੁੰਦਾ। ਇਹ ਦਰਬਾਰ 'ਤੇ ਚਲ ਗਿਆ, ਇਹਨੇ ਦੋ ਰੋਟੀਆਂ ਲਈਆਂ ਖਾ ਲਈਆਂ, ਫਿਰ ਛਾਬਾ ਚੱਕੀ ਉੱਧਰ ਜਾਣ ਦਿਆ, ਅੱਗਿਓਂ ਲੰਘ ਰਹੀ ਇਹਨੂੰ ਕਹਿੰਦਾ ਤੂੰ ਐਡਾ ਫਰੀ ਨਾ, ਤੂੰ ਬਾਬੇ ਨਾਲ ਬੈਠਾ ਤਾਸ਼ ਖੇਡਦਾ ਹੁੰਦਾ ਸੀ ਤੈਨੂੰ ਬਾਹਰ ਮਾਰ ਲੈਂਦੀ। ਤੁਸੀਂ ਦੇਖਣਾ ਮੈਂ ਇਹਨਾਂ ਨੂੰ ਜੋ ਕਹਿਣਾ ਨਾ ਅਤੇ ਇਹਨਾਂ ਨੂੰ ਅੱਗੋਂ ਕਹਿਣਾ ਨਹੀਂ ਆਉਣਾ, ਵੇਖਣਾ ਤਰਾ ਭੈਣ ਤੁਸੀਂ ਇਹ ਸਾਡੀ ਕੌਮ ਦੇਖ ਰਹੀ, ਇਹਨੂੰ ਕੀ ਪੈਗਾਮ ਦੇਣਾ ਚਾਹੋਗੇ? ਯਾਰ ਮੈਂ ਕਿਹਾ ਸੀ ਨਾ ਇਹ ਐਸਾ ਸਵਾਲ ਆ, ਇਹ ਐਸਾ ਸਵਾਲ ਆ, ਬੰਦਾ ਸੋਚੀ ਪੈਂਦਾ ਯਾਰ ਮੈਂ ਕੀ ਕਹਾਂ। ਇਹ ਦੇਖਣਾ ਭੈਣ ਕੌਮ ਨੂੰ ਕੋਈ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ, ਆਪਣੇ ਜਵਾਨ ਸਾਡੇ ਬੱਚਿਆਂ ਨੂੰ ਸਾਰਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਜਵਾਨਾਂ ਨੂੰ ਪੈਗਾਮ ਇਹੀ ਹੈ ਕਿ ਜਾਨੀ ਭਾਈ ਦੇ ਨਕਸ਼ੇ ਕਦਮ 'ਤੇ ਚੱਲੋ, ਫੁੱਲ ਧਾੜੀ ਬਣੋ, ਖਾਨ ਸਾਹਿਬਾ ਦੇ ਨਕਸ਼ੇ ਕਦਮ 'ਤੇ ਆਪਣਾ ਵੇਖਿਆ ਨਾ ਮੈਨੂੰ ਪਤਾ ਜੀ ਭੈਣ ਭੈਣ ਤੁਸੀਂ ਸਾਡੀ ਕੌਮ ਨੂੰ ਠਹਿਰ ਜਾਓ ਯਾਰ, ਤੁਸੀਂ ਸਾਡੀ ਕੌਮ ਨੂੰ ਨੌਜਵਾਨ ਨਸਲ ਨੂੰ ਕੀ ਪੈਗਾਮ ਦੇਣਾ ਚਾਹੋਗੇ? ਅੱਛਾ ਪੈਗਾਮ ਕੋਈ ਐਸਾ ਕੋਈ ਜਿਹੜਾ ਤਮਾਮ ਦੋਸਤਾਂ ਨੂੰ ਮੇਰੇ ਵੱਲੋਂ ਇਹ ਨਾਲ ਹੀ ਮੋਤਬਰ ਹੋ ਗਿਆ। ਇਹ ਐਸਾ ਸਵਾਲ ਆ ਕਿ ਬੰਦਾ ਨਾ ਬੌਂਦਲ ਜਾਂਦਾ, ਫੰਬਲ ਹੋ ਜਾਂਦਾ ਕਿ ਮੈਂ ਕਰਾਂ। ਤਮਾਮ ਦੋਸਤਾਂ ਨੂੰ ਯਾਰ ਕਿ ਮਹਿੰਗਾਈ ਬਹੁਤ ਹੈ, ਕੰਮ ਕਰਿਆ ਕਰੋ, ਤੁਹਾਡੀ ਮਿਹਰਬਾਨੀ, ਘਰਾਂ ਦਾ ਨਿਜ਼ਾਮ ਫੇਰ ਚੱਲੇ। ਕੈਸਾ ਕੈਸਾ ਵਾਹ ਕਿਆ ਬਾਤ ਹੈ, ਭੁੱਖੀ ਨਹੀਂ ਮਰੇਗੀ ਇੱਥੇ, ਮੈਂ ਤਾਂ ਸਮਝ ਨਹੀਂ ਸੀ ਲੱਗ ਰਹੀ ਮਹਿੰਗਾਈ ਕਿੱਦਾਂ ਕਰਨਾ। ਭਾਜੀ ਤੁਸੀਂ ਕੋਈ ਪੈਗਾਮ ਕੁਛ ਤੁਸੀਂ ਭਾਜੀ ਕੋਈ ਪੈਗਾਮ ਦੇਣਾ ਚਾਹ ਰਹੇ ਕੌਮ ਨੂੰ? ਭਾਈ ਇਹਨੇ ਜਿੰਨਾ ਕੁਛ ਕਿਹਾ, ਇਹਦੀ ਬੁੱਢੀ ਕੋ ਜੁੱਤੀਆਂ ਪੈਣੀਆਂ ਵੇਖਿਓ। ਯਾਨੀ ਜਿਹੜਾ ਉਹਨੇ ਪੈਗਾਮ ਦਿੱਤਾ, ਮੇਰਾ ਤਾਂ ਵਿਆਹ ਹੀ ਨਹੀਂ ਹੋਇਆ। ਅੱਛਾ ਫਿਰ ਤੇਰੇ ਬੰਦੇ ਕੋ ਪੈਣਗੀਆਂ। ਅੱਛਾ ਭਾਈ ਤੁਸੀਂ ਕੋਈ ਨੌਜਵਾਨ ਨਸਲ ਨੂੰ ਪੈਗਾਮ ਦਿਓਗੇ? ਆ ਭਾਈ ਉਹਨਾਂ ਦਾ ਮਹੱਲੇ 2-2 ਰੁਪਏ ਦੇ, ਕਹਿੰਦਾ ਮੈਨੂੰ ਸ਼ਾਹਰੁਖ ਖਾਨ ਕੋ ਆ, ਕਹਿੰਦਾ ਮੈਨੂੰ ਗੋਵਿੰਦਾ ਕੋ। ਇਹ ਤੁਹਾਨੂੰ ਪੈਗਾਮ ਸੀ ਜੀ। ਠਹਿਰ ਠਹਿਰ ਜਾਓ, ਲਓ ਜੀ ਨਾਜ਼ਰੀਨ ਤੁਸੀਂ ਸਾਡਾ ਇੱਕ ਟਾਈਮ ਹੋ ਗਿਆ, ਜਿਹੜੇ ਕਲੱਬ
ਕਲਪਿੰਗ ਵਾਲੇ ਡੱਬਿੰਗ ਚੱਲਦੇ ਨੇ, ਡੱਬਿੰਗ ਵਾਲੇ ਕਲਿਪਸ ਚੱਲਦੇ ਨੇ, ਤੁਸੀਂ ਉਹ ਦੇਖੋ ਅਤੇ ਫਿਰ ਦੁਬਾਰਾ ਆਪਾਂ ਹਾਜ਼ਰ ਹੁੰਦੇ ਹਾਂ। ਜੀ ਨਾਜ਼ਰੀਨ, ਇੱਕ ਬੜਾ ਵੱਡਾ ਸਾਡੇ ਮੁਲਕ ਦਾ ਜਿਹੜਾ ਮਸਲਾ ਹੈ ਕਿ ਪ੍ਰੋਪਰਟੀ ਜਦੋਂ ਅਸੀਂ ਲਈ ਵਿੱਚ ਹੀ ਕਰਦੇ ਹਾਂ ਤਾਂ ਸਾਨੂੰ ਇਹ ਹੁੰਦਾ ਕਿ ਯਾਰ ਵਕੀਲਾਂ ਦੇ ਪੈਸੇ ਵੀ ਬਚ ਜਾਣ, ਟੈਕਸ ਵੀ ਬਚ ਜਾਏ, ਸਾਰਾ ਕੁਝ ਸਾਡਾ ਬਚ ਜਾਏ, ਔਰ ਬਾਰੋ ਬਾਰ ਅਸੀਂ ਐਸਾ ਨਿਜ਼ਾਮ ਕਰ ਲਈਏ ਕਿ ਵਿੱਚ ਬ੍ਰੋਕਰ ਵੀ ਨਾ ਪਾਈਏ, ਵਿੱਚ ਕੋਈ ਵਕੀਲ ਵੀ ਨਾ ਪਾਈਏ, ਵਿੱਚ ਕੋਈ ਆਪਣਾ ਤਹਿਸੀਲ ਵੀ ਨਾ ਪਾਈਏ, ਵਿੱਚ ਕੋਈ ਆਪਣਾ ਐਸਾ ਕੋਈ ਮਤਲਬ ਬੰਦਾ ਨਾ ਪਾਈਏ। ਅੱਜ ਮੇਰੇ ਨਾਲ ਇੱਕ ਆਪਣਾ ਪ੍ਰੋਪਰਟੀ, ਸਰ ਇਹ ਦੱਸੋ ਵੀ ਤੁਸੀਂ ਮੈਨੂੰ ਕੀ ਦੱਸ ਸਕਦੇ, ਤੁਸੀਂ ਮੈਨੂੰ ਕੀ ਦੱਸੋਗੇ, ਮੈਨੂੰ ਇਹ ਦੱਸੋ ਵੀ ਤੁਸੀਂ ਮੈਂ ਕੀ ਦੱਸਣਾ। ਯਾਰ ਗੱਲ ਸ਼ੁਗਲ ਜਨਾ ਬਾਬਰਾਵਾ, ਬਹੁਤ ਟੈਨਸ਼ਨ ਚੱਲ ਰਹੀ ਆ, ਸਾਨੂੰ ਕੋਈ ਬੰਦਾ ਵਿੱਚ ਨਹੀਂ ਇਨਵੋਲਵ ਕਰ ਰਿਹਾ, ਬਾਹਰੋਂ ਬਾਹਰ ਹੀ ਹਰ ਕੰਮ ਕਰੀ ਜਾ ਰਹੇ। ਮੈਂ ਅਤੇ ਇਮਰਾਨ ਖਾਨ ਸਾਹਿਬ ਨੂੰ ਕਹਿੰਦਾ ਇਹਨਾਂ 'ਤੇ ਟੈਕਸ ਲਾਓ, ਕੋਈ ਭਾਵੇਂ ਇੱਕ ਰੁਪਈਏ ਦੀ ਵੀ ਜਗ੍ਹਾ ਵੇਚਦਾ ਉਹਦੇ 'ਤੇ ਟੈਕਸ ਲਾਓ, ਸਾਨੂੰ ਵੀ ਟੈਕਸ ਪਤਾ ਨਾ, ਸਾਨੂੰ ਕੋਈ ਪੈਸਾ ਇਕੱਠਾ ਹੋਵੇ ਕੋਈ ਗੌਰਮੈਂਟ ਨੂੰ ਕੋਈ ਪੰਜਾਬ ਨੂੰ ਜਨਾਬ, ਨਹੀਂ ਤਾਂ ਮੇਰੇ ਲੋ ਭਾਈ ਜਵਾਬ ਹੀ ਜੇ ਫਿਰ। ਅੱਛਾ ਸਰ ਇਹ ਦੱਸੋ, ਤੁਸੀਂ ਪ੍ਰਾਪਰਟੀ ਦਾ ਕੰਮ ਕਰਦੇ, ਜੇ ਮੇਰੇ ਇੱਕ ਸਾਲਾ ਉਹਦੀ ਆਪਣਾ ਇੱਕ ਜਗ੍ਹਾ ਵਾ, ਮੈਂ ਚਾਹ ਰਿਹਾ ਕਿ ਉਹ ਅੱਧੀ ਮੈਨੂੰ ਕਿਸ ਤਰੀਕੇ ਨਾਲ ਮਿਲ ਜਾਏ, ਮੇਰੀ ਬੁੱਢੀ ਦਾ ਉਹਦੇ 'ਚ ਹੱਕ ਆ, ਮੈਂ ਆਪਣੀ ਬੁੱਢੀ ਨੂੰ ਜਿਹੜਾ ਕਹਿੰਦਾ ਕਿ ਵੀ ਉਹਦਾ ਹੱਕ ਨਾ ਮਰੇ, ਇਹਦਾ ਕੀ ਤਰੀਕਾਕਾਰ ਆ, ਮੇਰਾ ਸਾਲਾ ਜਿਹੜਾ ਉਹ ਮੈਨੂੰ ਦੇ ਨਹੀਂ ਰਿਹਾ, ਕੀ ਕਰਾਂ ਮੈਂ? ਭਾਅ ਜੀ ਇਹ ਤੁਸੀਂ ਉਹ ਜਿਹੜਾ ਨਾ ਸਾਲਾ, ਮੇਰਾ ਮਸ਼ਵਰਾ ਇਹ ਆ ਕਿ ਸਾਲੇ ਨੂੰ ਲੈ ਕੇ ਆਉਣਾ, ਫਿਰ ਇੱਥੇ ਬਹਿ ਕੇ ਗੱਲ ਕਰਾਂਗੇ। ਇਹ ਜੀ ਬਿਲਕੁਲ, ਮਹਿਕਮਾ ਸੋਸ਼ਲ ਗਦਾ ਵਰਕਰ ਜਿਹੜੇ ਆਪਣਾ ਤਨਜ਼ੀਮ ਹੈ ਉਹਨਾਂ ਦੇ ਬਾਰੇ 'ਚ ਅਸੀਂ ਗੱਲ ਕਰਾਂਗੇ ਕਿ ਜਿਹੜੇ ਫਕੀਰ ਨੇ ਜਿਹੜੇ ਸੜਕਾਂ 'ਤੇ ਬਿਲ ਬਣਾਤੇ ਫਿਰ ਰਹੇ ਹੈ, ਜੋ ਕਿ ਮਤਲਬ ਤੁਹਾਡੀ ਗੱਡੀ ਦਾ ਸ਼ੀਸ਼ਾ ਇੱਦਾਂ ਖੜਕਾਉਂਦੇ ਸੀ ਜਿਵੇਂ ਉਹਨਾਂ ਦੇ ਫੁੱਫੀ ਦੀ ਗੱਡੀ ਹੁੰਦੀ ਹੈ, ਉਹ ਆਪਣਾ ਸੁਬਾਹ ਫੜੇ ਜਾਂਦੇ ਸੀ, ਰਾਤ ਨੂੰ ਉਹਨਾਂ ਨੂੰ ਬੰਦ ਕਰਦੇ, ਉਹਨਾਂ ਦਾ ਕੀ ਹਾਲ ਚਾਲ ਕਰ ਰਹੇ ਨੇ, ਇਹ ਅਸੀਂ ਦੱਸਣ ਲਈ ਸਾਡੇ ਨਾਲ ਇੱਕ ਮੁਹਤਰਮਾ ਮੌਜੂਦ ਨੇ, ਇਹਨਾਂ ਕੋਲ ਪੁੱਛਦੇ ਹਾਂ ਕਿ ਇਹਦਾ ਹਾਲ ਤੁਸੀਂ ਕਰ ਰਹੇ ਜੇ, ਇਹ ਗੌਰਮੈਂਟ ਦੇ ਵਿੱਚ ਕੀ ਪਲੈਨਿੰਗ ਹੋ ਰਹੀ ਇਹਦੇ ਬਾਰੇ, ਔਰ ਮੈਡਮ ਤੁਸੀਂ ਇਹ ਦੱਸੋ ਵੀ ਇਹ ਕਿਆ ਇਹ ਸਿਲਸਿਲਾ ਖਤਮ ਹੋਏਗਾ, ਜਾਂ ਇਹਨਾਂ ਦਾ ਤੁਸੀਂ ਕੀ ਇਲਾਜ ਕਰੋਗੇ ਕਿ ਜਿਹੜਾ ਵਿਚਾਰੇ ਜਿਹੜੇ ਅਸਲ ਦੇ ਵਿੱਚ ਉਹ ਵੀ ਨਾ ਰਗੜੇ ਜਾਣ ਨਕਲੀਆਂ ਦੇ ਨਾਲ ਨਾਲ ਹੀ? ਅੱਜ ਕੰਮ ਤਾਂ ਬਹੁਤ ਵਿਗੜਿਆ ਪਿਆ, ਮੈਂ ਤਾਂ ਆਪਣਾ ਪਹਿਲੇ ਵੀ ਕਿਹਾ ਸੀ ਇੱਕ ਦੋ ਅਪ ਕਿ ਇਹਨਾਂ ਦਾ ਕੁਛ ਕਰਨਾ ਚਾਹੀਦਾ, ਇਹ ਬਹੁਤ ਕੰਮ ਖਰਾਬ ਆ। ਦੇਖੋ ਨਾ ਵੀ ਤੁਸੀਂ ਗੱਡੀ ਇਸ਼ਾਰੇ 'ਤੇ ਰੋਕਦੇ ਜੇ, ਉਸ ਤੋਂ ਬਾਅਦ ਤੁਹਾਡੀ ਜੋ ਮਰਜ਼ੀ ਮਤਲਬ ਇਹਨਾਂ ਨੂੰ ਕਰਨਾ ਪਵੇ, 75,000 ਵਾਰੀ ਕਹਿ ਦਿਓ ਵੀ ਭਲਾ ਕਰੇ, ਇਹ ਉੱਥੇ ਦੇ ਉੱਥੇ ਹੀ ਹੁੰਦੇ ਆ। ਤਾਂ ਮਕਸਦ ਇਹ ਆ ਵੀ ਢੀਠ ਫਕੀਰ ਜਿਹੜਾ ਨਾ, ਢੀਠ ਤਾਂ ਅੱਲਾ ਮਾਫੀ ਦੇਵੇ, ਆਪਣਾ ਜਿਹੜਾ ਵਜ਼ੀਰ ਆਜ਼ਮ ਵੀ ਨਹੀਂ ਵਾਰੇ ਹੁੰਦਾ, ਇਹ ਤਾਂ ਫਿਰ ਫਕੀਰ ਨੇ, ਢੀਠਤ ਜਿਹੜੀ ਆ ਇਹ ਨਹੀਂ ਹੋਣੀ ਚਾਹੀਦੀ ਕਿਸੇ ਦੇ ਵਿੱਚ। ਉੱਪਰੋਂ ਗੱਡੀ ਦਾ ਸ਼ੀਸ਼ਾ ਇਸ ਕਿਸਮ ਨਾਲ ਕੌਨਫੀਡੈਂਸ ਨਾਲ ਖੜਕਾਉਂਦੇ, ਤੁਹਾਨੂੰ ਇੰਝ ਲੱਗਦਾ ਜਿਵੇਂ ਇਹਦੇ ਕੋਲ ਮੈਂ ਰੈਂਟ 'ਤੇ ਗੱਡੀ ਲੈ ਗਿਆ ਸੀ ਅਤੇ ਲੇਟ ਹੋ ਗਿਆ ਅਤੇ ਮਾਲਕ ਪਹੁੰਚ ਗਏ ਨੇ, ਅਤੇ ਫਿਰ ਸ਼ੀਸ਼ਾ ਥੱਲੇ ਕਰੋ ਅਤੇ ਅੱਗੇ ਹੱਥ ਕਰ ਦੇਣਗੇ, ਔਰ ਐਸੀ ਬੁੱਕ ਜੀ ਬਣਾਉਂਦੇ ਆ ਹੱਥ ਦੀ ਕਿ ਦਿਲ ਹਿੱਲ ਜਾਂਦਾ। ਮੈਂ ਹੁਣ ਇਹ ਸੋਚਿਆ ਵੀ ਜਾਲੀ ਜਿਹੜੇ ਉਹਨਾਂ ਨੂੰ ਵਿੱਚੋਂ ਸਾਈਡ 'ਤੇ ਕਰਾਂ, ਜਿਹੜੇ ਅਸਲ ਹੱਕਦਾਰ ਨੇ ਵਿਚਾਰੇ ਨਹੀਂ ਕਮਾ ਸਕਦੇ, ਉਹਨਾਂ ਵਾਸਤੇ ਕੋਈ ਰੋਜ਼ਗਾਰ ਮਜ਼ਰੀਆ ਪਰਾਇਸ਼ ਪੇਸ਼ ਕਰਕੇ ਉਹਨਾਂ ਨੂੰ ਠੀਕ ਕਰਿਆ। ਜੀ ਨਾਦਰੀਨ, ਤੁਸੀਂ ਦੇਖਿਆ ਹੁਣ, ਅਸੀਂ ਦੁਆ ਕਰਦੇ ਕਿ ਸਾਡੀ ਜਾਲੀ ਫਕੀਰਾਂ ਦੁਆ ਨਕਰੀ ਵੱਲਾ ਜਾਨ ਛਡਾਏ। ਜੀ ਨਾਦਰੀਨ, ਜਿਹੜੀਆਂ ਵਜ੍ਹਾ ਤੋਂ ਆਪਣਾ ਲੋਕ ਬਿਮਾਰ ਹੋ ਰਹੇ ਨੇ ਔਰ ਅਮਵਾਦ ਦਾ ਜਿਹੜਾ ਉਹ ਜ਼ਰੀਆ ਬਣ ਰਹੇ ਨੇ, ਆਪਣਾ ਕੀ ਉਹਨੂੰ ਜ਼ਰੀਆ ਅਮਵਾਦ, ਡਾਕਟਰ ਇਰਫਾਨ ਸਾਹਿਬ ਸਾਨੂੰ ਦੱਸਣਗੇ ਵੀ ਉਹ ਕਿਹੜੀ ਕਿਹੜੀ ਬਿਮਾਰੀ ਆ, ਕਿਹੜੀ ਕਿਹੜੀ ਐਕਟੀਵਿਟੀ ਆ। ਮੇਰੇ ਹਿਸਾਬ ਨਾਲ ਤਾਂ ਮੇਦਾ ਗੈਸ ਜਿਹੜਾ ਉਹ ਸਭ ਤੋਂ ਜ਼ਿਆਦਾ, ਔਰ ਦੂਸਰਾ ਜਿਹੜਾ ਸਿਗਰਟ ਹੁੰਦੀ ਨੇ, ਸਿਗਰਟ ਪੀਣ ਦੇ ਨਾਲ ਇਨਸਾਨ ਜਿਹੜਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਮਹਿਫੂਜ਼ ਜਿਹੜਾ ਆਪਣਾ ਨਹੀਂ ਰਹਿੰਦਾ। ਪੁੱਛਦੇ ਹਾਂ ਇਹਨਾਂ ਨੂੰ ਕਿ ਜੀ, ਮੈਂ ਤਾਂ ਪਹਿਲੇ ਵੀ ਆਖਿਆ ਸੀਗਾ, ਮੈਂ ਹੁਣ ਵੀ ਆਖਦਾ, ਮੈਂ ਤਾਂ ਹਮੇਸ਼ਾ ਇਹੀ ਕਹਿੰਦਾ ਵੀ ਤੁਸੀਂ ਆਪਣਾ ਸਿਗਰਟ ਜਿਹੜਾ ਨਾ ਉਹ ਕਿਤੇ ਮਤਲਬ ਨਾ ਪੀਓ, ਔਰ ਵੈਸੇ ਵੀ ਹਸਪਤਾਲ ਦੇ ਲਾਗੋ ਜੀ ਕੋਈ ਦੁਕਾਨ ਹੀ ਨਹੀਂ ਹੈਗੀ, ਐਡੀ ਦੂਰੋਂ ਆਪਣਾ ਸਿਗਰਟ ਲੱਭਦੇ ਆ, ਯਕੀਨ ਕਰੋ ਪਾਨ ਸਿਗਰਟ ਮਤਲਬ ਵੀ ਲਾਗੇ ਕੋਈ ਦੁਕਾਨ ਹੋਵੇ ਤਾਂ ਲੋਕ ਖਰੀਦਣ ਨਾ, ਫਿਰ ਹੀ ਇਹ ਨੁਕਸਾਨ ਹੁੰਦਾ ਨਾ, ਇਹ ਜਾਨ ਲੈ ਲੈਂਦੇ ਨੇ। ਉਹ ਪਰੇ ਨੁੱਕਰ 'ਤੇ ਦੇਖੋ ਦੁਕਾਨ ਹੈ ਇੱਕ ਜਿਹੜੀ ਮਤਲਬ ਸਿਗਰਟ ਉੱਥੋਂ ਜਿਹੜਾ ਕਿ ਉਹ ਵੀ ਪਤਾ ਨਹੀਂ ਇੱਕ ਨੰਬਰ ਹੁੰਦਾ ਕਿ ਦੋ ਨੰਬਰ। ਬਾਕੀ ਕਈ ਲੋਕ ਕਹਿੰਦੇ ਵੀ ਸਿਗਰਟ ਪੀਣ ਦੇ ਨਾਲ ਜਿਹੜਾ ਉਹ ਆਪਣਾ ਮੈਦਾ ਠੀਕ ਹੋ ਜਾਂਦਾ, ਕਿ ਰੋਟੀ ਤੋਂ ਬਾਅਦ ਇੱਕ ਸਿਗਰਟ ਪੀ ਲਓ ਅਤੇ ਮੈਦਾ ਠੀਕ ਹੁੰਦਾ, ਲੇਕਿਨ ਇਹ ਬਹੁਤ ਗਲਤ ਗੱਲ ਹੈ ਕਿ ਆਪਣਾ ਤੁਸੀਂ ਸਿਗਰਟ ਦੀ ਦੇਖੋ ਦੁਕਾਨ ਤੁਸੀਂ ਕਿੱਥੇ ਬਣਾਈ ਹੈ, ਐਡੀ ਦੂਰ ਹਸਪਤਾਲ ਤੋਂ ਕੀ ਬੰਦਾ ਕਰੇ ਉੱਥੇ, ਛੱਡਣੇ ਚਾਹੀਦੇ ਨੇ ਸਿਗਰਟ ਬਿਲਕੁਲ। ਦੇਖੋ ਹਸਪਤਾਲ 'ਚ ਬਹੁਤ ਜ਼ਿਆਦਾ ਪ੍ਰੋਬਲਮ, ਮੈਦੇ ਦੀ ਪ੍ਰੋਬਲਮ, ਅਲਸਰ ਔਰ ਕਾਫੀ ਜ਼ਿਆਦਾ ਆਂਤੜੀਆਂ ਔਰ ਆਪਣਾ ਤੁਹਾਡੇ ਫੇਫੜੇ ਜਿਹੜੇ ਜਨਾਬ ਇਹਨਾਂ ਦਾ ਬੇੜਾ ਗਰਕ ਕਰ ਦਿੰਦੀ ਸਿਗਰਟ ਜਿਹੜੀ ਆ, ਇਹ ਤੁਹਾਨੂੰ ਪਤਾ ਨਹੀਂ ਲੱਗਦਾ ਹੌਲੀ ਹੌਲੀ ਜਨਾਬ ਜੀ। ਸਿਗਰਟ ਵਾਲਾ ਬੰਦਾ ਜਿਹੜਾ ਦੁਕਾਨ ਜਦੋਂ ਛੱਡ ਜਾਏ ਤਾਂ ਕਾਫੀ ਦੂਰ ਦੁਕਾਨ ਪਾ ਲਵੇ ਅਤੇ ਨੁਕਸਾਨ ਬਹੁਤ। ਮਰੀਜ਼ਾਂ ਨੂੰ ਚਾਹੀਦਾ ਕਿ ਬਿਲਕੁਲ ਨਾ ਇਹ ਪੀਣ, ਔਰ ਐਸਾ ਕੋਈ ਜਗ੍ਹਾ ਜਾਂ ਐਸਾ ਇੰਤਜ਼ਾਮ ਜਿਹਦੇ ਸਿਗਰਟ ਬੰਦ ਹੀ ਹੋ ਜਾਣ, ਲੱਭਣ ਹੀ ਨਾ ਬਿਲਕੁਲ। ਲਓ ਜੀ ਐਂਡ ਤਾਂ ਰਾਸ਼ਦ ਆਪਣਾ ਰਾਸ਼ਦ ਰਾਸ਼ਦ ਸਾਹਿਬ ਕੌਮ ਨੂੰ ਪੈਗਾਮ ਦੇਣ ਲੱਗੇ ਨੇ, ਕੌਮ ਜਿਹੜੀ ਨਾ ਉਹ ਬਿਲਕੁਲ ਬਿਲਕੁਲ ਸਕੂਨ ਨਾਲ ਸੁਣੇ। ਜੀ ਰਾਸ਼ਦ ਸਾਹਿਬ। ਅਸਲਾਮ ਵਾਲੇਕੁਮ ਜੀ, ਸਭ ਦੋਸਤਾਂ ਨੂੰ ਜਿਹੜੇ ਮੈਨੂੰ ਸੁਣ ਰਹੇ ਨੇ, ਜਿਹੜੇ ਮੈਨੂੰ ਵੇਖ ਰਹੇ ਨੇ, ਉਹਨਾਂ ਦੀ ਮਿਹਰਬਾਨੀ ਮੈਨੂੰ ਵੇਖਣ ਡੇ ਨੇ। ਕੌਮ ਨੂੰ ਜਦੋਂ ਕੋਈ ਗੱਲ ਕਹਿਣੀ
ਟਾਈਮ ਨਾਲ ਅੱਛੇ ਸਾਫ਼ ਸੁਥਰੇ ਕੱਪੜੇ ਪਾਵਿਆ। ਦੇਖੋ ਮੈਂ ਮੇਰਾ ਕੰਮ ਚੱਲੇ ਭਾਵੇਂ ਨਾ ਚੱਲੇ ਮੈਂ ਕੱਪੜੇ ਸਾਫ਼ ਪਾਉਂਦਾ, ਇਸ ਕਰਕੇ ਸਿਰਫ ਇਹਨੂੰ ਮਕਾ ਕਿਤੇ ਪੈਗਾਮ ਜੋ ਕਿਹਾ ਵਾ ਤੂੰ ਪੈਗਾਮ ਮਰੇ ਤੂੰ ਤੇ ਮੈਨੂੰ ਐਂ ਲੱਗਦਾ ਚਾਰ ਬੰਦਿਆਂ ਨੂੰ ਦੇਣਾ ਮੈਨੂੰ ਐਂ ਲੱਗਦਾ ਥੋੜ੍ਹੀ ਦੇਰ ਬਾਅਦ ਤੂੰ ਦੰਦਾਂ ਦਾੜਾਂ ਦੀ ਦਵਾਈ ਵੇਚਣ ਲੱਗ ਪੈਣੀ ਨਹੀਂ ਨਹੀਂ ਦੇਖੋ ਜੀ ਇਹ ਪੈਗਾਮ ਆ ਜਦੋਂ ਇਹ ਜੀ ਸਾਰਾ ਨਾ ਦਿਨ ਹਰ ਚੀਜ਼ ਆਪਣੀ ਜਗ੍ਹਾ 'ਤੇ ਤੁਹਾਡੇ ਅੱਲਾ ਪਾਕ ਤੁਹਾਡੇ ਹਾਲਾਤ ਠੀਕ ਕਰੇ, ਲੇਕਿਨ ਗੱਲ ਇਹ ਕਿ ਹਰ ਬੰਦੇ ਨੇ ਰਿਜ਼ਕ ਕਮਾਉਣਾ, ਜਿੱਦਾਂ ਮੈਂ ਕਮਾਉਣਾ ਆ ਇਹ ਮੇਰੇ ਕੋਲ ਦੋ ਪੁੜੀਆਂ ਨੇ, ਇਹ 10 ਰੁਪਏ ਦੀ ਇੱਕ 15 ਦੀਆਂ ਦੋ, ਇਹ 10 ਰੁਪਏ ਦੀ ਇੱਕ 15 ਦੀਆਂ ਦੋ ਪੁੜੀਆਂ, ਤੁਹਾਡੇ ਦੰਦ 'ਚ ਕੰਨ 'ਚ ਨੱਕ 'ਚ ਪੀੜ ਹੁੰਦੀ ਹੋਵੇ ਗੋਲੀ ਮੂੰਹ 'ਚ ਖੰਘ ਖੂਹ 'ਚ ਪੈਗਾਮ ਸਾਰੀ ਦੁਨੀਆਂ ਵਾਸਤੇ, ਇਸ ਕਰਕੇ ਟਾਈਮ 'ਤੇ ਲੱਗਣਾ ਹੀ ਆ, ਤੁਹਾਨੂੰ ਪਤਾ ਵੀ ਇਕੱਲੇ ਇਕੱਲੇ ਚੌਂਕ ਦੇ ਵਿੱਚ ਤਾਂ ਪੈਗਾਮ ਇਕੱਲਾ ਇਕੱਲਾ ਜਾਣ ਇਹ ਲੈ ਉਹ ਮਰੇ ਸਾਰੀ ਦੁਨੀਆਂ ਵਾਸਤੇ। ਦੇਖੋ ਜਿਹੜੇ ਦੁਨੀਆਂ ਮੈਨੂੰ ਵੇਖ ਰਹੀ ਹੈ ਮਿਹਰਬਾਨੀ ਉਹਨਾਂ ਦੀ ਮੈਨੂੰ ਵੇਖਣ ਦੇ, ਅਤੇ ਇਹ ਜਿੰਨੀ ਦੁਨੀਆ ਮੈਨੂੰ ਵੇਖ ਰਹੀ ਸਾਰੇ ਮੈਨੂੰ ਪਹਿਲੇ 10-10 ਰੁਪਏ ਭੇਜਣ, ਕਿਉਂਕਿ ਮੇਰਾ ਬਿੱਲ ਦੇਣ ਵਾਲਾ, ਮੈਂ ਬਿੱਲ ਭਰਾਉਣਾ ਵਾ, ਉਸ ਕਰਕੇ ਮੈਂ ਬਿੱਲ ਭਰਾ ਕੇ ਫਿਰ ਮੈਂ ਸਾਰੀ ਕੌਮ ਵਾਸਤੇ ਦੁਆ ਕਰਨੀ ਹੈ ਜੇ ਮੈਂ ਬਿੱਲ ਭਰਾਇਆ। ਪੈਗਾਮ ਤਾਂ ਦੇ ਕੋਈ ਪੈਗਾਮ ਵਿੱਚ ਹੀ ਆ, ਇਹਦੇ ਵਿੱਚ ਹੀ ਪੈਗਾਮ ਆ, ਉਹ ਪੈਗਾਮ ਨਹੀਂ ਕੋਈ ਸਾਡੀ ਨੌਜਵਾਨ ਨਸਲ ਵੇਖ ਰਹੀ ਤੈਨੂੰ, ਮੈਂ ਨੌਜਵਾਨ ਨਸਲ ਨੂੰ ਦੇ ਰਿਹਾ ਜੀ। ਮੈਨੂੰ ਅਗਰ ਮੇਰਾ ਬਿੱਲ ਟਾਈਮ ਨਾਲ ਭਰਾਇਆ ਗਿਆ ਤਾਂ ਇਨਸ਼ਾਅੱਲਾ ਤਾਲਾ ਮੈਂ ਤੁਹਾਨੂੰ ਦਿਲੋਂ ਦੁਆਵਾਂ ਦੇਵਾਂਗਾ, ਅਗਰ ਮੇਰੀ ਦੁਆ ਤੁਹਾਨੂੰ ਲੱਗ ਗਈ ਤਾਂ ਤੁਸੀਂ ਵੀ ਕਾਮਯਾਬ ਹੋਵੋਗੇ, ਤੁਹਾਡੀ ਕਾਮਯਾਬੀ ਦੇ ਨਾਲ ਮੇਰੀ ਕਾਮਯਾਬੀ ਹੈ, ਸਾਡੀ ਦੋਵਾਂ ਦੀ ਕਾਮਯਾਬੀ ਜਿਹੜੀ ਇੱਕ ਹੋ ਜਾਣੀ ਆ, ਸਾਡੀ ਤੁਹਾਡੀ ਜਿਹੜੀ ਕਾਮਯਾਬੀ ਇੱਕ ਹੋ ਜਾਣੀ ਚਾਹੀਦੀ ਹੈ, ਕਿਉਂਕਿ ਅਸੀਂ ਜਿਹੜੀ ਹੱਸੀ ਖੁਸ਼ੀ ਹਰ ਇਨਸਾਨ ਦੀ ਇੱਕੋ ਜਿਹੀ ਹੋਣੀ ਚਾਹੀਦੀ। ਨਾਜ਼ਰੀਨ ਮੈਂ ਅੱਜ ਦਾ ਪ੍ਰੋਗਰਾਮ ਖਤਮ ਹੋ ਗਿਆ, ਅਗਲੇ ਹਫ਼ਤੇ ਫਿਰ ਮਿਲਾਂਗੇ, ਅਤੇ ਨਾਜ਼ਰੀਨ ਬਹੁਤ ਸ਼ੁਕਰੀਆ ਤੁਹਾਡਾ, ਆਪਣਾ ਬਹੁਤ ਖਿਆਲ ਰੱਖਣਾ ਯਾਰ, ਬਹੁਤ ਮਿਹਰਬਾਨੀ ਤੁਹਾਡੀ।